ਗੁੱਡ ਆਫਟਰਨੂਨ ਸਟੂਡੈਂਟਸ ਵੈਲਕਮ ਟੂ ਸਾਵਲ ਕਲਾਸਿਸ ਹਾਂਜੀ ਸਟੂਡੈਂਟਸ ਸੀਡੀਪੀ ਦਾ ਜੋ ਆਪਾਂ ਕੱਲ ਫਸਟ ਡੇ ਸਟਾਰਟ ਕੀਤਾ ਸੀ ਆਪਣਾ ਲੈਕਚਰ ਪੀਐਸਟੈਟ ਦੇ ਲਈ 2024 ਦੇ ਲਈ ਜੋ ਆਪਾਂ ਸੀਰੀਜ਼ ਸਟਾਰਟ ਕੀਤੀ ਹੈ ਜੀ ਕੱਲ ਆਪਣਾ ਫਸਟ ਡੇ ਲੈਕਚਰ ਸੀਗਾ ਅੱਜ ਸੈਕਿੰਡ ਨੰਬਰ ਲੈਕਚਰ ਹੈ ਜੀ ਤਾਂ ਅਧਿਆਪਕ ਬਣਨ ਦਾ ਜੋ ਜਨੂਨ ਹੈ ਤੁਹਾਡੇ ਸਾਰਿਆਂ ਵਿੱਚ ਹੈ ਉਹ ਦੇਖਿਆ ਸੀ ਕੱਲ ਸਾਰੇ ਸਟੂਡੈਂਟਸ ਨੇ ਬਹੁਤ ਵਧੀਆ ਹਰ ਇੱਕ ਕੁਐਸਚਨ ਨੂੰ ਅਟੈਂਪਟ ਕੀਤਾ ਹੈ ਬਹੁਤ ਵਧੀਆ ਰਿਪਲਾਈ ਕੀਤਾ ਸੀਗਾ ਔਰ ਆਸ ਕਰਦੀ ਆ ਕਿ ਅੱਜ ਵੀ ਸਾਰੇ ਸਟੂਡੈਂਟਸ ਹਰ ਇੱਕ ਕੁਐਸਚਨ ਦਾ ਨਾਲ ਦੀ ਨਾਲ ਕਮੈਂਟ ਕਰਕੇ ਰਿਪਲਾਈ ਕਰਨਗੇ ਤਾਂ ਕਿ ਤੁਹਾਨੂੰ ਵੀ ਐਵੇਂ ਲੱਗੇਗਾ ਕਿ ਵਧੀਆ ਤਿਆਰੀ ਹੋ ਰਹੀ ਹੈ ਬਹੁਤ ਵਧੀਆ ਪ੍ਰੈਪਰੇਸ਼ਨ ਚੱਲ ਰਹੀ ਹੈ ਔਰ ਮੈਨੂੰ ਵੀ ਇੱਕ ਬਹੁਤ ਵਧੀਆ ਫੀਲ ਹੁੰਦਾ ਕਿ ਸਾਰੇ ਸਟੂਡੈਂਟਸ ਐਂਡ ਤੱਕ ਮੇਰੇ ਨਾਲ ਵਧੀਆ ਜੁੜੇ ਹੋਏ ਔਰ ਪੇਪਰ 1 ਔਰ ਪੇਪਰ 2 ਦੇ ਲਈ ਆਪਾਂ ਜੋ ਇਹ ਸੀਰੀਜ਼ ਸਟਾਰਟ ਕੀਤੀ ਹੈ ਜੀ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਸਟੂਡੈਂਟਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਸ਼ੇਅਰ ਵੀ ਕਰੋ ਜੀ ਹਾਂਜੀ ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਕੱਲ ਵੀ ਆਪਾਂ ਇੰਟੈਲੀਜੈਂਸ ਵਾਲੇ ਟੌਪਿਕ ਦੇ ਐਮਸੀਕਿਊਜ਼ ਕੀਤੇ ਸੀ ਔਰ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਇੰਟੈਲੀਜੈਂਸ ਵਾਲੇ ਟੌਪਿਕ ਦੇ ਐਮਸੀਕਿਊਜ਼ ਕਾਫੀ ਜ਼ਿਆਦਾ ਨੇ ਤਾਂ ਮੈਨੂੰ ਐਵੇਂ ਲੱਗਿਆ ਕਿ 2 ਦਿਨ ਲੱਗ ਜਾਣਗੇ ਤਾਂ ਵਧੀਆ ਕਵਰ ਹੋ ਜਾਏਗਾ ਪੂਰਾ ਦਾ ਪੂਰਾ ਟੌਪਿਕ ਤਾਂ ਅੱਜ ਕੁਝ ਹੋਰ ਜਿਹੜੇ ਪੈਂਡਿੰਗ ਰਹਿ ਗਏ ਸੀ ਕੋਈ ਕਨਸੈਪਚੁਅਲ ਹੈ ਫੈਕਚੁਅਲ ਕੁਐਸਚਨ ਨੇ ਕੋਈ ਵੈਸੇ ਪੈਡਾਗੋਜੀ ਦੇ ਵਿੱਚ ਮਿਕਸ ਹੁੰਦੇ ਆ ਆਪਣੇ ਕੁਐਸ਼ਨਸ ਤਾਂ ਆਪਾਂ ਸਟਾਰਟ ਕਰਦੇ ਆ ਆਪਣਾ ਅੱਜ ਦਾ ਲੈਕਚਰ ਜੀ ਫਰਸਟ ਕੁਐਸਚਨ ਦੇ ਨਾਲ ਹਾਂਜੀ ਫਰਸਟ ਨੰਬਰ ਕੁਐਸਚਨ ਹੈ ਜੀ ਫਲੂਇਡ ਇੰਟੈਲੀਜੈਂਸ ਟੈਂਡਸ ਟੂ ਡੈਸ਼ ਵਿਦ ਏਜ ਵਾਈਲ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਟੈਂਡਸ ਇਜ਼ ਡੈਸ਼ ਵਿਦ ਏਜ ਤਰਲ ਬੁੱਧੀ ਉਮਰ ਦੇ ਨਾਲ ਡੈਸ਼ ਹੁੰਦੀ ਹੈ ਜਦ ਕਿ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਮੀਨਸ ਠੋਸ ਬੁੱਧੀ ਕ੍ਰਿਸਟਲਾਈਜ਼ ਦਾ ਮਤਲਬ ਕੀ ਹੈ ਠੋਸ ਬੁੱਧੀ ਉਮਰ ਦੇ ਨਾਲ ਡੈਸ਼ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੈ ਜੋ ਆਪਣੀ ਫਲੂਇਡ ਇੰਟੈਲੀਜੈਂਸ ਹੈ ਉਹ ਕੀ ਹੈ ਉਮਰ ਦੇ ਨਾਲ-ਨਾਲ ਕੀ ਹੁੰਦੀ ਹੈ ਡਿਕਰੀਸ ਹੋਣ ਲੱਗ ਜਾਂਦੀ ਹੈ ਸੀ ਆਪਸ਼ਨ ਇਜ਼ ਰਾਈਟ ਆਨਸਰ ਵੈਰੀ ਗੁੱਡ ਹਾਂਜੀ ਬਿਲਕੁਲ ਸਹੀ ਆਨਸਰ ਦਿੱਤਾ ਹੈ ਜੀ ਜੋ ਆਪਣੀ ਫਲੂਇਡ ਇੰਟੈਲੀਜੈਂਸ ਹੈ ਉਹ ਉਮਰ ਦੇ ਨਾਲ-ਨਾਲ ਕੀ ਹੋਣ ਲੱਗ ਜਾਂਦੀ ਹੈ ਡਿਕਰੀਸ ਹੋਣ ਲੱਗ ਜਾਂਦੀ ਹੈ ਔਰ ਕ੍ਰਿਸਟਲਾਈਜ਼ ਇੰਟੈਲੀਜੈਂਸ ਜੋ ਹੈ ਉਮਰ ਦੇ ਨਾਲ-ਨਾਲ ਇਨਕਰੀਸ ਹੋ ਜਾਂਦੀ ਹੈ ਕਿਉਂਕਿ ਜੋ ਆਪਣੀ ਫਲੂਇਡ ਇੰਟੈਲੀਜੈਂਸ ਹੈ ਉਹ ਕੀ ਹੈ 20 ਸਾਲ ਦੀ ਏਜ ਤੋਂ ਬਾਅਦ ਜਿਹੜਾ ਇਹਦਾ ਅਸਰ ਹੈ ਜੋ ਇਹਦਾ ਪ੍ਰਭਾਵ ਹੈ ਆਪਣੀ ਬੁੱਧੀ ਤੇ ਵਿੱਚ ਕੀ ਹੈ ਘਟਣਾ ਸ਼ੁਰੂ ਹੋ ਜਾਂਦਾ ਹੈ ਔਰ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਜੋ ਠੋਸ ਬੁੱਧੀ ਹੈ ਉਹ ਵੈਸੇ ਹੀ ਆਪਾਂ ਕੀ ਕਰਦੇ ਹਾਂ ਗੇਨ ਕਰਦੇ ਹਾਂ ਜੋ ਆਪਾਂ ਲਰਨਡ ਹੁੰਦੀ ਹੈ ਅਰਜੰਟ ਅਰਜਿਤ ਕਰਦੇ ਹਾਂ ਕਿਸੇ ਤੋਂ ਔਰ ਜੋ ਠੋਸ ਬੁੱਧੀ ਹੈ ਨੂੰ ਆਪਾਂ ਜਿਵੇਂ ਮਰਜ਼ੀ ਵਧਾ ਸਕਦੇ ਹਾਂ ਤਾਂ ਆਨਸਰ ਆ ਗਿਆ ਜੀ ਆਪਣਾ ਸੀ ਆਪਸ਼ਨ ਵੈਰੀ ਗੁੱਡ ਬਿਲਕੁਲ ਜਿੰਨੇ ਵੀ ਸਟੂਡੈਂਟਸ ਨੇ ਆਨਸਰ ਦਿੱਤਾ ਬਿਲਕੁਲ ਸਹੀ ਆਨਸਰ ਦਿੱਤਾ ਜੀ ਸੀ ਆਪਸ਼ਨ ਇਜ਼ ਰਾਈਟ ਆਨਸਰ ਹਾਂਜੀ ਵੈਰੀ ਗੁੱਡ ਆਫਟਰਨੂਨ ਟੂ ਆਲ ਜਲਦੀ ਜਲਦੀ ਸਟਾਰਟ ਕਰੋ ਰਾਜੇ ਨੈਕਸਟ ਹੈ ਜੀ ਸੈਕੰਡ ਨੰਬਰ ਕੁਐਸਚਨ ਇਨ ਦਾ ਏਰੀਆ ਆਫ ਇੰਟੈਲੀਜੈਂਸ ਡਬਲਯੂ ਏ ਆਈ ਐਸ ਸਟੈਂਡਸ ਫੋਰ ਖੂਫੀਆ ਜਾਣਕਾਰੀ ਦੇ ਖੇਤਰ ਵਿੱਚ ਡਬਲਯੂ ਏ ਆਈ ਐਸ ਦਾ ਕੀ ਅਰਥ ਹੈ ਹਾਂਜੀ ਖੂਫੀਆ ਜਾਣਕਾਰੀ ਦੇ ਖੇਤਰ ਵਿੱਚ ਡਬਲਯੂ ਏ ਆਈ ਐਸ ਦਾ ਕੀ मीनिंग ਹੈ ਵਰਨਿਕ ਅਫੈਰਿਕ ਇੰਟੈਲੀਜੈਂਸ ਸਕੇਲ ਵੈਸ਼ਲਰ ਅਡਲਟ इंटेलिजेंस स्केल स्केशलर एप्टीट्यूड एंड इंटेलिजेंस स्केल वर्निक्सो एप्रोक्सीमेट इंटेलिजेंस स्केल तो डबल्यू ए आई एस का की मीनिंग है वैशलर अडल्ट इंटेलिजेंस स्केल बी ऑप्शन इज राइट आंसर हाँ जी मनीषा देवी प्रभजोत कौर मनप्रीत सिंह बनसंत सिंह जिन्होंने बी ऑप्शन दिता है बिल्कुल सही आंसर दिता है जी जिन्होंने सी दिता है उन्होंने गलत है बी ऑप्शन इज राइट आंसर कि वैशलर अडल्ट स्केल फुल फॉर्म है जी डब्ल्यू ए आई एस बहुत इंपॉर्टेंट जो है ये अपनी हैगी है फुल फॉर्म डब्ल्यू ए आई एस वाली वैशलर अडल्ट इंटेलिजेंस स्केल ठीक है जी बी ऑप्शन इज राइट आंसर एन दोट कर लो बहुत इंपोर्टेंट है नैक्सट है जी स्टैनफोर्ड बीनट टैसर स्टैनफोर्ड बीन टेस्ट ਕਿਸ ਚੀਜ਼ ਨੂੰ ਮੈਜ਼ਰ ਕਰਦਾ ਹੈ ਪਰਸਨੈਲਿਟੀ ਸਖਸ਼ੀਅਤ ਨੂੰ ਇੰਟੈਲੀਜੈਂਸ ਆਪਣੀ ਬੁੱਧੀ ਨੂੰ ਰੀਡਿੰਗ ਐਫੀਸ਼ੀਐਂਸੀ ਪੜਨ ਦੀ ਕੁਸ਼ਲਤਾ ਨੂੰ ਨਨ ਆਫ ਥੀਸ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਟੈਂਫੋਰਡ ਬਿਨੇਟ ਟੈਸਟ ਕਿਸ ਚੀਜ਼ ਨੂੰ ਮੈਜ਼ਰ ਕਰਦਾ ਹੈ ਆਪਣੀ ਇੰਟੈਲੀਜੈਂਸ ਨੂੰ ਮੈਜ਼ਰ ਕਰਦਾ ਹੈ ਸਟੈਂਫੋਰਡ ਬਿਨੇਟ ਟੈਸਟ ਜੋ ਹੈ ਕਦੋਂ ਆਇਆ ਸੀ ਜਾਂ ਬਿਨੇਟ ਸਟੈਂਫੋਰਡ ਬਿਨੇਟ ਟੈਸਟ ਜੋ ਹੈ ਅਲਫਰਡ ਬਿਨੇਟ ਦੁਆਰਾ ਦਿੱਤਾ ਗਿਆ ਸਟੈਂਫੋਰਡ ਯੂਨੀਵਰਸਿਟੀ ਦੇ ਵਿੱਚ ਤਾਂ ਇੰਟੈਲੀਜੈਂਸ ਟੈਸਟ ਕਰਨ ਦੇ ਲਈ ਇਹ ਜੋ ਹੈ ਯੂਜ਼ ਕੀਤਾ ਜਾਂਦਾ ਹੈ ਇੰਟੈਲੀਜੈਂਸ ਬੁੱਧੀ ਨੂੰ ਮਾਪਣ ਦੇ ਲਈ ਯੂਜ਼ ਕੀਤਾ ਜਾਂਦਾ ਹੈ ਵੈਰੀ ਗੁੱਡ ਬੀ ਆਪਸ਼ਨ ਇਜ਼ ਰਾਈਟ ਆਨਸਰ ਬਿਲਕੁਲ ਸਹੀ ਆਨਸਰ ਦੇ ਰਹੇ ਹੋ ਬਹੁਤ ਵਧੀਆ ਗੱਲ ਹੈ ਜੀ ਇਹ ਇਫ ਦਾ ਕ੍ਰੋਨੋਲੋਜੀਕਲ ਏਜ ਆਫ ਅ ਚਾਈਲਡ ਇਜ਼ 13 ইয়ার্স ਐਂਡ দা ਮੈਂਟਲ ਏਜ ਇਜ਼ 14 ইয়ার্স দেন ৱাট উইল ਬੀ ਇটস আইকিউ ਹੁਣ ਦੇਖੋ ਉਹਨਾਂ ਨੇ ਆਪਾਂ ਨੂੰ ਦਿੱਤਾ ਹੈ ਜੀ ਇੱਕ ਬੱਚੇ ਦੀ వాస్తਵਿਕ ਉਮਰ ਵਾਸਤਵਿਕ ਉਮਰ ਮੀਨਸ ਕਰੋਨੋਲੋਜੀਕਲ ਏਜ ਉਸ ਬੱਚੇ ਦੀ ਕਿੰਨੀ ਹੈ ਜੀ 30 ਠੀਕ ਹੈ ਫਿਰ ਉਹ ਕਹਿੰਦੇ ਮਾਨਸਿਕ ਉਮਰ ਮੀਨਸ ਉਸ ਬੱਚੇ ਦੀ ਮੈਂਟਲ ਏਜ ਕਿੰਨੀ ਹੈ ਜੀ 14 ਇਅਰ ਤਾਂ ਆਈਕਿਊ ਕਿੰਨਾ ਹੋਏਗਾ ਆਈਕਿਊ ਮੀਨਸ ਬੁੱਧੀ ਅੰਕ ਆਪਾਂ ਕੱਢਣਾ ਹੈ ਤਾਂ ਆਈਕਿਊ ਇਕੁਅਲ ਟੂ ਮੈਂਟਲ ਏਜ ਅਪਨ ਕਰੋਨੋਲੋਜੀਕਲ ਏਜ ਮਲਟੀਪਲਾਈ ਬਾਈ 100 ਵੈਰੀ ਗੁੱਡ ਰਮਨ ਲੇਕਿਨ ਕੈਲਕੂਲੇਸ਼ਨ ਕਰਕੇ ਪ੍ਰੋਪਰ ਆਨਸਰ ਵੀ ਸੋਲਵ ਕਰਕੇ ਦੱਸੋ हां जी आंसर क्या आएगा प्रॉपर सॉल्व करके दसो जी मल्टीप्लाई करके डिवाइड करो 1400 अपॉन 13 ਇਹਨੂੰ ਡਿਵਾਈਡ ਕਰ ਦੋ 1400 ਨੂੰ 13 ਨਾਲ ਡਿਵਾਈਡ ਕਰ ਦੋਗੇ ਤਾਂ ਆਪਣਾ ਆਨਸਰ ਆ ਜਾਏਗਾ ਜੀ 107.69 ਬੀ ਆਪਸ਼ਨ ਇਜ਼ ਰਾਈਟ ਆਨਸਰ ਵੈਰੀ ਗੁੱਡ ਬਿਲਕੁਲ ਸਹੀ ਆਨਸਰ ਦਿੱਤਾ ਹੈ ਜੀ ਵੈਰੀ ਗੁੱਡ ਮੋਬਾਈਲ ਤੇ ਕੈਲਕੂਲੇਸ਼ਨ ਕਿਸੇ ਨੇ ਵੀ ਨਹੀਂ ਕਰਨੀ ਆਪਦੇ ਹੱਥਾਂ ਨਾਲ ਕਰਨੀ ਹੈ ਪੈਨ ਦੇ ਨਾਲ ਮੋਬਾਈਲ ਤੇ ਕੈਲਕੂਲੇਸ਼ਨ ਹੁਣ ਕਰ ਲੋਗੇ ਪੇਪਰ ਵਿੱਚ ਮੋਬਾਈਲ ਨਹੀਂ ਮਿਲਣਾ ਬੀ ਆਪਸ਼ਨ ਇਜ਼ ਰਾਈਟ ਆਨਸਰ ਹਾਂਜੀ ਵੈਰੀ ਗੁੱਡ ਬਿਲਕੁਲ ਸਹੀ ਆਨਸਰ ਦਿੱਤਾ ਹੈ ਜੀ ਨੈਕਸਟ ਹੈ ਜੀ ਅ ਚਾਈਲਡ ਵਿਦ ਇੰਟੈਲੀਜੈਂਸ ਕੁਐਸਚਨ ਕੈਨ ਬਿਲ ਬੀ ਕਲਾਸੀਫਾਈਡ ਐਸ ਇੱਥੇ ਥੋੜੀ ਜੀ ਮਿਸਟੇਕ ਹੈ ਰਾਜੇ ਅ ਚਾਈਲਡ ਵਿਦ ਇੰਟੈਲੀਜੈਂਸ ਕੁਐਸਚਨ ਕੁਐਸਚਨ ਬੱਚੇ ਦਾ ਇੱਥੇ ਲਿਖਣਾ ਹੈ ਜੀ 135 ਕੁਐਸਚਨ ਦੇ ਵਿੱਚ ਥੋੜੀ ਜੀ ਮਿਸਟੇਕ ਹੈ ਅ ਚਾਈਲਡ ਵਿਦ ਇੰਟੈਲੀਜੈਂਸ ਕੁਐਸਚਨ 135 ਬਿਲ ਬੀ ਕਲਾਸੀਫਾਈਡ ਐਸ ਹਾਂਜੀ ਬੁੱਧੀ ਅੰਕ ਵਾਲੇ ਬੱਚਿਆਂ ਨੂੰ ਕਿਸ ਕਿਸਮ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ 135 ਬੁੱਧੀ ਅੰਕ ਵਾਲੇ ਬੱਚਿਆਂ ਨੂੰ ਕਿਸ ਕਿਸਮ ਦੇ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ ਹਾਂਜੀ ਤਾਂ 5th ਨੰਬਰ ਕੁਐਸਚਨ ਦਾ ਆਨਸਰ ਦੋ ਜਲਦੀ ਗਲਤ ਆਨਸਰ ਕਿਉਂ ਦੇ ਰਹੇ ਹੋ ਡੀ ਆਪਸ਼ਨ ਕਿਉਂ ਆਏਗਾ ਰਾਜੇ 135 130 ਤੋਂ ਲੈ ਕੇ 139 ਦੇ ਵਿੱਚ ਤਾਂ ਆਪਾਂ ਕਹਿ ਦਿੰਨੇ ਆ ਸੁਪੀਰੀਅਰ ਇੰਟੈਲੀਜੈਂਸ ਹੈ ਬੀ ਆਪਸ਼ਨ ਆਏਗਾ ਜਿਨ੍ਹਾਂ ਦਾ 140 ਤੋਂ abaixo ਹੁੰਦਾ ਉਹ ਕੀ ਹੁੰਦੇ ਆ ਜੀਨੀਅਸ ਹੈਨਾ 130 ਤੋਂ ਲੈ ਕੇ 139 ਵਾਲੇ ਕੀ ਹੁੰਦੇ ਆ ਜੀ ਸੁਪੀਰੀਅਰ ਹੁੰਦੇ ਆ ਤਾਂ 130 ਤੋਂ 139 ਦੇ ਵਿੱਚ ਹੀ ਆ ਗਿਆ ਨਾ 135 ਤਾਂ ਆਨਸਰ ਕੀ ਆ ਗਿਆ ਜੀ ਆਪਣਾ ਬੀ ਆਪਸ਼ਨ ਹਾਂਜੀ ਥੈਂਕ ਯੂ ਵੈਰੀ ਮੱਚ ਆਨਸਰ ਆ ਗਿਆ ਜੀ ਬੀ ਆਪਸ਼ਨ ਨੈਕਸਟ ਹੈ ਜੀ हां जी देखो अपना फिफ्थ पेड ग्रुप जो है 18th ऑफ दिसंबर तो स्टार्ट होने जा रहा है तो अपने पूरे दे पूरे कोर्स दी फीस है जी 7000 और अपने पेड ग्रुप दे फीचर्स ने कि आपा कंप्लीट टॉपिक वाइज थ्योरी करवाने ਆ कंप्लीट टॉपिक वाइज एमसीक्यूज कंप्लीट टॉपिक वाइज टेस्ट फुल लेंथ मॉक टेस्ट और प्रीवियस ईयर पेपर्स भी करवाए ਜਾਂਦੇ ਆ हेल्प लाइन नंबर ਤੁਹਾਡੇ ਲਈ मेंशन ਕਰੇ ਹੋਏ ਆ ਕਿਸੇ ਵੀ स्टूडेंट ने पेड ग्रुप ਲੈਣਾ ਹੋਵੇ ਤਾਂ ਤੁਸੀਂ कॉल ਕਰ ਸਕਦੇ ਹੋ जी और ਤੁਸੀਂ बेफिकर हो के ਪੇਡ ਗਰੁੱਪ ਲੈ ਸਕਦੇ ਹੋ ਸਾਰਾ ਦਾ ਸਾਰਾ ਜੋ ਵੀ ਕਮਿਟ ਕੀਤਾ ਜਾਂਦਾ ਹੈ ਤੁਹਾਡੇ ਨਾਲ ਜੋ ਤੁਹਾਨੂੰ ਦੱਸਿਆ ਗਿਆ ਹੈ ਕਿ ਸਾਵਲ ਗਰੁੱਪ ਦੇ ਕੀ ਫੀਚਰਸ ਨੇ ਐਜ਼ ਇਟ ਇਜ਼ ਸਭ ਕੁਝ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਏਗਾ ਔਰ ਕਿਸੇ ਵੀ ਸਟੂਡੈਂਟ ਦਾ ਫਰਸਟ ਅਟੈਂਪਟ ਹੈ ਚਾਹੇ ਲਾਸਟ ਅਟੈਂਪਟ ਹੈ ਚਾਹੇ ਸੈਕਿੰਡ ਅਟੈਂਪਟ ਹੈ ਕੁਝ ਵੀ ਹੈ ਤੁਹਾਡਾ ਪੇਪਰ ਕਲੀਅਰ ਹੋ ਜਾਏਗਾ ਇਹ ਤੁਹਾਡਾ ਫਰਸਟ ਅਟੈਂਪਟ ਹੋਏ ਜਾਂ ਲਾਸਟ ਹੋਏ ਠੀਕ ਹੈ ਪੇਪਰ ਇਸ ਵਾਰ ਹੀ ਕਲੀਅਰ ਹੋ ਜਾਏਗਾ ਕਿਉਂਕਿ ਦੇਖੋ ਆਪਾਂ ਕੰਟੈਂਟ ਇਹਨਾਂ ਅੱਛਾ ਪ੍ਰੋਵਾਈਡ ਕਰਵਾਨੇ ਆ ਕਿ ਤੁਹਾਨੂੰ ਦਿੱਕਤ ਨਹੀਂ ਆਏਗੀ ਕਿਸੇ ਵੀ ਤਰ੍ਹਾਂ ਦੀ ਨੈਕਸਟ ਹੈ ਜੀ 6 ਨੰਬਰ ਕੁਐਸਚਨ ਤੇ ਵਿਚ ਵਨ ਆਫ ਦਾ ਫਾਲੋਇੰਗ ਇਜ਼ ਨੋਟ ਅ ਪਰਫੋਰਮੈਂਸ ਟੈਸਟ ਆਫ ਇੰਟੈਲੀਜੈਂਸ ਹਾਂਜੀ ਹਾਂਜੀ ਬਸੰਤ ਸਿੰਘ ਜੀ ਥੈਂਕ ਯੂ ਵੈਰੀ ਮਚ ਹੇਠ ਲਿਖੇ ਵਿੱਚੋਂ ਕਿਸ ਦੀ ਬੁੱਧੀ ਦਾ ਪ੍ਰਦਰਸ਼ਨ ਨਹੀਂ ਹੈ ਕੈਟਲ ਕਲਚਰ ਫਰੀ ਟੈਸਟ ਭਾਟਿਆ ਬੈਟਰੀ ਟੈਸਟ ਦੀ ਕੋਰਮਲ ਕੋਕਸ ਸਕੇਲ ਬੋਥ ਏ ਐਂਡ ਬੀ ਹੁਣ ਦੇਖੋ ਉਹਨਾਂ ਨੇ ਕੀ ਪੁੱਛਿਆ ਕਿ ਜੋ ਪਰਫੋਰਮੈਂਸ ਸਕੇਲ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਹਾਂਜੀ एना परफॉर्मेंस स्केल नहीं है जल्दी दसो इचों के परफोरमेंस स्केल नहीं है जो कैटल कल्चर फ्री है और जो भाटिया बैटरी ये दोनों की परफोर्मेंस स्केल लेकिन कौर्म। कौर्म, ने लेकिन जेड़ा जो कॉरस स्पेलिंग गलत है राजे थे कोरनैल एन आएगा थे कोरमेल लिखा हुआ है कोरनैल एन आम है कोरनैल कोकस स्केल जो है वर्बल इंटेलिजेंस टेस्ट, टेस्ट है। एक तरह का वर्बल इंटेलिजेंस टेस्ट है तो उन्होंने परफॉर्मेंस स्केल की आंसर आ गया जी अपना सी ऑप्शन ठीक है जी एन याद कर लो पहली बार करवाया तो वाला क्वेश्चन बहुत ईजी है और इंपोर्टेंट भी है कोरनल कोक्स स्केल काफी तरह के इंटेलीजेंस टैसट है कुछ इंपोर्टेंट जेडे होंगे बहुत ज्यादा इंपोर्टेंट है ਉਹ ਸਾਰੇ ਦੇ ਸਾਰੇ ਟੈਸਟ ਕਰਵਾਏ ਜਾਂਦੇ ਆ ਕੁਝ ਅਦਰ ਟੈਸਟ ਹੁੰਦੀ ਹੈ ਜਿਹੜੇ ਕਾਫੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ ਮਤਲਬ ਕਿ ਇਹ ਪੇਪਰ ਵਿੱਚ ਆਏ ਨਹੀਂ ਤਾਂ ਉਹ ਆਪਾਂ ਹੁਣ ਨਾਲ-ਨਾਲ ਥੋੜੇ-ਥੋੜੇ ਡਿਸਕਸ ਕਰਦੇ ਰਾਂਗੇ ਤਾਂ ਕਿ ਤੁਹਾਨੂੰ ਦਿੱਕਤ ਨਾ ਆਏ ਕੋਈ ਨੈਕਸਟ ਹੈ ਜੀ 7th ਨੰਬਰ ਮਲਟੀਪਲ ਇੰਟੈਲੀਜੈਂਸ ਥਿਊਰੀ ਵਾਸ ਪ੍ਰੋਪਾਉਂਡ ਬਾਏ ਬਹੁਬੁੱਧੀ ਦਾ ਸੰਧਾਰ ਸਿਧਾਂਤ ਜੋ ਹੈ ਕਿਸ ਨੇ ਪ੍ਰਤੀਪਾਦਿਤ ਕੀਤਾ ਹਾਂਜੀ ਜਸ਼ਨਦੀਪ ਸਿੰਘ ਥੈਂਕ ਯੂ ਸਪੀਅਰਮਨ ਥਰਸਟਨ ਕੈਟਲ ਔਰ ਗਾਰਡਨ तो बहुबुद्धि का जो सिद्धांत है या मल्टीडमैशनल इंटेलीजेंस की गल किसने की है मल्टीडमेंशनल इंटैलीजेंस की गल किसने की है मल्टीडमेंशनल ਫਵਾਰਡ ਗਾਰਡਨਰ ਆਪਾਂ ਕਾਲੀ ਕਰ ਚੁੱਕੇ ਹਾਂ ਔਰ ਇਹਨਾਂ ਨੇ 8 ਟਾਈਪਸ ਆਫ ਇੰਟੈਲੀਜੈਂਸ ਦੀ ਗੱਲ ਕੀਤੀ ਹੈ ਆਨਸਰ ਆ ਗਿਆ ਜੀ ਆਪਣਾ ਇਹਦਾ ਡੀ ਆਪਸ਼ਨ ਹਾਂਜੀ ਰਜਨੀਸ਼ ਰਾਣੀ ਤੁਸੀਂ ਕੀ ਪੁੱਛ ਰਹੇ ਹੋ ਹਾਂਜੀ ਪ੍ਰਕਾਸ਼ ਸਿੰਘ ਥੈਂਕ ਯੂ ਵੈਰੀ ਮੱਚ ਨਹੀਂ ਰਾਜੇ ਇਹ ਕੋਨਕੋਕਸ ਸਕੇਲ ਜੋ ਹੈ ਇਹ ਵਰਬਲ ਇੰਟੈਲੀਜੈਂਸ ਟੈਸਟ ਹੈ ਇਹ ਪਰਫਾਰਮੈਂਸ ਟੈਸਟ ਨਹੀਂ ਹੈ ਉਹਨਾਂ ਨੇ ਪਰਫਾਰਮੈਂਸ ਟੈਸਟ ਬਾਰੇ ਪੁੱਛਿਆ ਸੀ ਕਿ ਇਹਨਾਂ ਵਿੱਚੋਂ ਕਿਹੜਾ ਪਰਫਾਰਮੈਂਸ ਟੈਸਟ ਹੈ ਜੋ ਕੈਟਲ ਫ੍ਰੀ ਕਲਚਰ ਫ੍ਰੀ ਟੈਸਟ ਹੈ ਔਰ ਜੋ ਆਪਣਾ ਭਾटिया ਬੈਟਰੀ ਹੈ ਇਹ ਦੋਨੋਂ ਕੀ ਨੇ ਪਰਫਾਰਮੈਂਸ ਸਕیل ਟੈਸਟ ਨੇ ਹਾਂਜੀ ਡੇਲੀ ਰਾਜੇ 2:30 ਵਜੇ ਹੁੰਦੀ ਹੈ ਕਲਾਸ ਆਪਣੀ ਨੈਕਸਟ ਹੈ ਜੀ ਵਿਚ ਵਿਚ ਇਜ਼ ਨੋਟ ਅ ਟਾਈਪ ਆਫ ਥਰਸਟਨ ਪ੍ਰਾਇਮਰੀ ਮੈਂਟਲ ਅਬਿਲਿਟੀ ਠੀਕ ਹੈ ਵਿਚ ਇਜ਼ ਨੋਟ ਅ ਟਾਈਪ ਆਫ ਥਰਸਟਨ ਪ੍ਰਾਇਮਰੀ ਮੈਂਟਲ ਅਬਿਲਿਟੀ ਨੰਬਰ ਇਮੋਸ਼ਨ ਮੈਮਰੀ ਰੀਜ਼ਨਿੰਗ ਹੁਣ ਥਰਸਟਨ ਦੀ ਜੋ 7 ਪ੍ਰਾਇਮਰੀ ਮੈਂਟਲ ਅਬਿਲਿਟੀਆਂ ਦੀ ਗੱਲ ਕੀਤੀ ਗਈ ਹੈ ਉਹਦੇ ਚ ਆਪਾਂ ਮੈਥਮੈਟਿਕਲ ਦੀ ਗੱਲ ਕਰਦੇ ਹਾਂ ਠੀਕ ਹੈ ਨੰਬਰਿੰਗ ਵਾਲੇ ਦੀ ਗੱਲ ਕਰਦੇ ਹਾਂ ਮੈਮਰੀ ਦੀ ਗੱਲ ਕਰਦੇ ਆ ਮੈਮਰੀ ਅਬਿਲਿਟੀ ਹੈ ਆਪਣੇ ਵਿੱਚ ਯਾਦ ਰੱਖਣ ਦੀ ਯੋਗਤਾ ਹੈ ਰੀਜ਼ਨਿੰਗ ਅਬਿਲਿਟੀ ਆਪਾਂ ਤਰਕ ਵੀ ਲਗਾਣੇ ਹਣਾ ਲੇਕਿਨ ਇਮੋਸ਼ਨਸ ਦੀ ਕੋਈ ਗੱਲ ਨਹੀਂ ਕੀਤੀ ਗਈ ਇਟ ਮੀਨਸ ਕਿਹੜੀ ਉਹ ਦੀ ਟਾਈਪ ਨਹੀਂ ਹੈ ਇਮੋਸ਼ਨਲ ਅਬਿਲਿਟੀ ਆਪਣੀ ਜਿਹੜੀ ਹੈ ਥਰਸਟਨ ਪ੍ਰਾਇਮਰੀ ਮੈਂਟਲ ਅਬਿਲਿਟੀ ਦੇ ਵਿੱਚ ਕਾਊਂਟ ਨਹੀਂ ਹੁੰਦੀ ਤਾਂ ਆਨਸਰ ਆ ਗਿਆ ਜੀ ਆਪਣਾ ਇਹਦਾ ਬੀ ਆਪਸ਼ਨ ਹਾਂਜੀ ਪ੍ਰੀਤਕੌਰ ਥੈਂਕ ਯੂ ਵੈਰੀ ਮੱਚ ਬੀ ਆਪਸ਼ਨ ਇਜ਼ ਰਾਈਟ ਆਨਸਰ ਵੈਰੀ ਗੁੱਡ ਹਾਂਜੀ which of the following statement is correct about intelligence test buddhi janch bare het likhe vichon kaun sa sthan keda thaan jadi hai bilkul sahi hai haan ji intelligence test are only verbal buddhi di janch sirf maulik hai non verbal intelligence test have many statements haan ji ajhe buddhi ਦੇ ਪ੍ਰੀਖਣ ਵਿੱਚ ਕੋਈ ਕਥਨ ਨਹੀਂ ਹੈ ਵੀ ਕੈਨ ਯੂਜ਼ ਇੰਟੈਲੀਜੈਂਸ ਟੈਸਟ ਇਨ ਐਨੀ ਏਜ ਗਰੁੱਪ ਅਸੀਂ ਕਿਸੇ ਵੀ ਆਯੁਕਤ ਵਰਗ ਵਿੱਚ ਬੁੱਧੀ ਦੀ ਜਾਂਚ ਦੀ ਵਰਤੋਂ ਕਰ ਸਕਦੇ ਹਾਂ ਵੀ ਕੈਨ ਯੂਜ਼ ਇੰਟੈਲੀਜੈਂਸ ਟੈਸਟ ਓਨਲੀ ਓਨ ਦਾ ਏਜ ਗਰੁੱਪ ਫੋਰ ਇਟ ਇਟ ਇਜ਼ ਡਵੈਲਪ ਸਾਡੀ ਸਮਝ ਦੀ ਜਾਂਚ ਦਾ ਉਪਯੋਗ ਕੇਵਲ ਉਹੀ ਆਯੁਕਤ ਵਰਗ ਕਰ ਸਕਦਾ ਹੈ ਜਿਸ ਲਈ ਇਹ ਵਿਕਸਿਤ ਕੀਤਾ ਗਿਆ ਹੈ ਤਾਂ ਉਹਨਾਂ ਨੇ ਆਪਾਂ ਨੂੰ ਇਹ ਪੁੱਛਿਆ ਸੀਗਾ ਕਿ ਇੰਟੈਲੀਜੈਂਸ ਦੇ ਟੈਸਟ ਬਾਰੇ ਕਿਹੜੀ ਚੀਜ਼ ਹੈ ਜੋ बिल्कुल सही कही गई है केडा कथन जो है बिल्कुल सही है तो on सारे स्टूडेंट्स ने बिल्कुल गलत आंसर दिता है सी ऑप्शन आंसर नहीं आएगा गुरी शर्मा वेरी गुड डी ऑप्शन रमनीत सैम गौरव कुमार बसंत सिंह वेरी गुड देखो वी कैन यूज इंटेलिजेंस टेस्ट इन एनी एज ग्रुप ਆਪਾਂ ਜਿੰਨੇ ਵੀ ਇੰਟੈਲੀਜੈਂਸ ਦੇ ਟੈਸਟ ਪੜ੍ਹੇ ਆ ਤੁਸੀਂ ਆਪਦੇ ਮਾਈਂਡ ਦੇ ਵਿੱਚ ਕੁਐਸਚਨ ਦਾ ਆਨਸਰ ਦੇਣ ਲੱਗੇ ਇੱਕ ਵਾਰੀ ਸੋਚਿਆ ਕਰੋ ਪਹਿਲਾਂ ਰਿਪੀਟ ਕਰ ਰਹੀ ਆ ਹਾਂਜੀ ਜਿਨ੍ਹਾਂ ਨੇ ਠੀਕ ਆਨਸਰ ਦਿੱਤਾ ਫਤੇਹ ਸਿੰਘ ਵੈਰੀ ਗੁੱਡ ਮੈਂ ਦੇਖਿਆ ਨਹੀਂ ਤੁਹਾਡਾ ਕਮੈਂਟ ਹਾਂਜੀ ਉਹਨਾਂ ਨੇ ਇਹ ਪੁੱਛਿਆ ਸੀਗਾ ਕਿ ਇੰਟੈਲੀਜੈਂਸ ਟੈਸਟ ਬਾਰੇ ਕਿਹੜੀ ਗੱਲ ਬਿਲਕੁਲ ਸਹੀ ਕਹੀ ਗਈ ਹੈ ਹਨਾ ਤਾਂ ਦੇਖੋ ਪਹਿਲੀ ਗੱਲ ਕਿ ਵੀ ਕੈਨ ਯੂਜ਼ ਇੰਟੈਲੀਜੈਂਸ ਟੈਸਟ ਇਨ ਐਨੀ ਏਜ ਹਨਾ ਅਨੀ ਏਜ ਦੀ ਗੱਲ ਹੋਈ ਹੈ ਲੇਕਿਨ ਆਪਾਂ ਜੋ ਵੀ ਇੰਟੈਲੀਜੈਂਸ ਦੇ ਟੈਸਟ ਪੜ੍ਹੇ ਹੈ ਉਹਨਾਂ ਦੇ ਨਾਲ ਮੋਸਟਲੀ ਉਹਨਾਂ ਨੇ ਏਜ ਮੈਂਸ਼ਨ ਕੀਤੀ ਹੈ 3 ਸਾਲ ਦੇ ਬੱਚਿਆਂ ਦੇ ਲਈ ਹੈ 3 ਤੋਂ 11 ਸਾਲ ਦੇ ਬੱਚਿਆਂ ਦੇ ਲਈ ਹੈ ਇੰਨੇ ਬੱਚਿਆਂ ਦੇ ਲਈ ਉਹਨੇ ਬੱਚਿਆਂ ਦੇ ਲਈ ਹੈ ਨਾ ਉਹਨਾਂ ਨੇ ਇੰਟੈਲੀਜੈਂਸ ਟੈਸਟ ਦੇ ਨਾਲ ਏਜ ਵੀ ਮੈਂਸ਼ਨ ਕੀਤੀ ਹੈ ਵਰਬਲ ਹੈ ਨੋਨ ਵਰਬਲ ਹੈ ਪੜੇ ਲਿਖੇ ਲੋਕਾਂ ਦੇ ਲਈ ਹੈ ਕਿ ਅਨਪੜ੍ਹ ਲੋਕਾਂ ਦੇ ਲਈ ਹੈ हाँ जी रमन बहुत बहुत अच्छे क्वेश्चन ने इंटैलीजेंस के जिन्हें ज्यादा क्वेश्चन कवर हो सकते सी आप सारे क्वेश्चन कवर किए हाँ जी सतेंद्र मैम थैंक यू हाँ जी वी कैन यूज इंटेलिजेंस टेस्ट ओनली ऑन द एज ग्रुप फोर विच इट इज ड्वेल्व तो आंसर आ गया जी अपना इनका डी ऑप्शन हाँ जी थैंक यू दीपक कुमार हाँ जी नैक्सट है जी बिनेट Who was responsible for the Stanford-Binet test adopted the following as an index of mental development Binet ne jo Stanford-Binet test lay zimmedar si ge het likhe mansik vikas de roop vich apnaye han Haan ji intelligence quotient development quotient performance quotient mental age haan ji thank you all students Haan ji questions te uh, concentrate karo please aur students naal naal like bhi zaroor karde rehna aur share bhi karde rehna ਹਾਂਜੀ 10th ਨੰਬਰ ਕੁਐਸਚਨ ਦਾ ਆਨਸਰ ਦੋ ਹਾਂਜੀ ਥੈਂਕ ਯੂ ਰਜਨੀ 10th ਨੰਬਰ ਕੁਐਸਚਨ ਬਿਨੇਟ ਹੂ ਵਾਸ ਰਿਸਪੋਨਸੀਬਲ ਫੋਰ ਦਾ ਸਟੈਂਡਰਡ ਸਟੈਂਡਰਡ ਬਿਨੇਟ ਟੈਸਟ ਅਡਾਪਟਿਡ ਫੋਰ ਦਾ ਫਾਲੋਇੰਗ ਇੰਡੈਕਸ ਹਾਂਜੀ ਕੀ ਆਨਸਰ ਆਏਗਾ ਵੈਰੀ ਗੁੱਡ ਇੰਟੈਲੀਜੈਂਸ ਕੁਐਸਚਨ ਕਿਉਂ ਆਏਗਾ ਬਿਨੇਟ ਨੇ ਕਦੋਂ ਆਪਾਂ ਨੂੰ ਇੰਟੈਲੀਜੈਂਸ ਕੁਐਸਚਨ ਦੀ ਗੱਲ ਕੀਤੀ ਹੈ ਐਲਫਰਡ ਬਿਨੇਟ ਨੇ ਤਾਂ ਆਪਾਂ ਨੂੰ ਮੈਂਟਲ ਏਜ ਦੀ ਗੱਲ ਕੀਤੀ ਹੈ ਉਹ ਕਹਿੰਦੇ ਕਿ ਇੰਟੈਲੀਜੈਂਸ ਕੋਸ਼ੈਂਟ ਨਿਕਾਲਣ ਦੇ ਲਈ ਬਿਨਟ ਨੇ ਕਿਸ ਚੀਜ਼ ਦਾ ਰੂਪ ਨੂੰ ਅਪਣਾਇਆ ਹੈ ਬਿਨਟ ਨੇ ਮਾਨਸਿਕ ਉਮਰ ਦੀ ਗੱਲ ਕੀਤੀ ਆਪਾਂ ਨੂੰ ਅਗਰ ਇੱਕ ਕੁਐਸਚਨ ਇੱਥੋਂ ਇੱਕ ਹੋਰ ਕਵਰ ਹੋ ਰਿਹਾ ਕੁਐਸਚਨ ਕਿ ਮੈਂਟਲ ਏਜ ਦਾ ਕਨਸੈਪਟ ਆਪਾਂ ਨੂੰ ਕਿਸ ਨੇ ਦਿੱਤਾ ਹੈ ਮੈਂਟਲ ਏਜ ਦਾ ਕਨਸੈਪਟ ਆਪਾਂ ਨੂੰ ਐਲਫ੍ਰੈਡ ਬਿਨਟ ਨੇ ਦਿੱਤਾ ਹੈ ਲੇਕਿਨ ਆਪਾਂ ਆਈਕਿਊ ਦੀ ਗੱਲ ਤਾਂ ਕੱਲ ਕਰ ਚੁੱਕੇ ਸੀ ਨਾ ਆਈਕਿਊ ਦੀ ਗੱਲ ਕਿਸ ਨੇ ਕੀਤੀ ਹੈ ਵਿਲੀਅਮ ਸਟਾਨ ਨੇ ਕੀਤੀ ਹੈ ਔਰ IQ ਦੇ ਜੋ ਵਿਲੀਅਮ ਸਟਾਨ ਨੇ ਦਿੱਤਾ ਸੀ ਉਹਦਾ ਫਾਰਮੂਲਾ ਕੀ ਸੀਗਾ 멘ਟਲ ਏਜ ਅਪੋਨ ਕਰੋਨੋਲੋਜੀਕਲ ਏਜ ਔਰ ਜੋ ਲੂਇਸ ਟਰਮਨ ਨੇ ਦਿੱਤਾ ਸੀਗਾ ਜਦੋਂ 루ਇਸ ਟਰਮਨ ਨੇ ਰਿਵਾਈਜ਼ ਕੀਤਾ ਤਾਂ IQ 멘ਟਲ ਏਜ ਅਪੋਨ ਕਰੋਨੋਲੋਜੀਕਲ ਏਜ ਮਲਟੀਪਲਾਈ ਬਾਈ 100 ਦਿੱਤਾ ਗਿਆ ਇਸ ਕੁਐਸਚਨ ਦੇ ਵਿੱਚ ਕਾਫੀ ਸਾਰੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਲੈਂਦੀ ਹੈ ਮੈਂ ਕੱਲ ਵੀ ਸਾਰਾ ਐਕਸਪਲੇਨ ਕੀਤਾ ਸੀ ਅੱਜ ਫੇਰ ਐਕਸਪਲੇਨ ਕਰ ਰਹੀ ਹਾਂ ਅੱਗੇ ਦੇ ਨਾਲ ਦਾ ਕੁਐਸਚਨ ਹੋਰ ਆਏਗਾ ਦੁਬਾਰਾ ਫਿਰ ਦੱਸਾਂਗੀ ਤਾਂ ਕਿ ਤੁਹਾਡਾ ਬਹੁਤ ਵਧੀਆ ਰਿਵਾਈਜ਼ ਹੋ ਜਾਏਗਾ ਤਾਂ ਆਪਣਾ ਜੋ 10th ਨੰਬਰ ਕੁਐਸਚਨ ਹੈ ਜੀ ਉਹਦਾ ਆਨਸਰ ਆ ਗਿਆ ਜੀ ਆਪਣਾ ਡੀ ਆਪਸ਼ਨ ਹਾਂਜੀ ਰਾਸ਼ੀਚਰਨ ਥੈਂਕ ਯੂ ਵੈਰੀ ਮੱਚ ਨੈਕਸਟ ਹੈ ਜੀ 11th ਨੰਬਰ ਅਕੋਰਡਿੰਗ ਟੂ ਗਿਲਫਰਡ ਇੰਟੈਲੀਜੈਂਸ ਮਾਡਲ ਵਿਚ ਇਜ਼ ਨੋਟ ਇਨਕਲੂਡਡ ਇਨ ਮੈਂਟਲ ਪ੍ਰੋਸੈਸ ਗਿਲਫਰਡ ਦੇ ਇੰਟੈਲੀਜੈਂਸ ਦੇ ਅਨੁਸਾਰ ਮਾਨਸਿਕ ਪ੍ਰਕਿਰਿਆ ਵਿੱਚ ਕੌਣ ਸ਼ਾਮਿਲ ਨਹੀਂ ਹੈ ਈਵੈਲਿਊਏਸ਼ਨ ਸਿੰਥਸਿਸਿਸ ਕਨਵਰਜੈਂਟ ਥਿੰਕਿੰਗ ਡਿਵਰਜੈਂਟ ਥਿੰਕਿੰਗ ਜੋ ਆਪਾਂ ਗਿਲਫਰਡ ਦਾ ਐਸਓਆਈ ਮਾਡਲ ਕੀਤਾ ਹੈ ਸਟਰਕਚਰ ਆਫ ਇੰਟੈਲੀਜੈਂਸ ਦੀ ਜੋ ਆਪਾਂ ਗੱਲ ਕਰਦੇ ਹਾਂ ਠੀਕ ਹੈ ਉਹਦੇ ਵਿੱਚ ਜਿਹੜਾ ਇਹਨੂੰ ਆਪਾਂ ਨੂੰ ਗਿਲਫਰਡ ਨੇ ਕੀ ਕਿਹਾ ਕਿ ਮਾਈਂਡ ਇਸ ਕੰਪੋਜ਼ਡ ਆਫ ਐਟ ਲੀਸਟ 3 ਡਾਈਮੈਂਸ਼ਨਸ ਹਨਾ ਗਿਲਫਰਡ ਨੇ ਕੀ ਗੱਲ ਕੀਤੀ ਹੈ ਕਿ ਜੋ ਆਪਣੀ ਬੁੱਧੀ ਹੈ ਮਾਨਸਿਕ ਯੋਗਤਾਵਾਂ ਦੇ ਤਿੰਨ ਆਯਾਮਾਂ ਤੋਂ ਬਣੀ ਹੈ ਕਿਹੜੇ-ਕਿਹੜੇ ਆਯਾਮ ਨੇ ਜੀ ਇੱਕ ਤਾਂ ਹੈ ਜੀ ਆਪਰੇਸ਼ਨ ਇੱਕ ਹੈ ਜੀ ਆਪਣਾ ਕੰਟੈਂਟ ਔਰ ਮਟੀਰੀਅਲ ਠੀਕ ਹੈ ਔਰ ਲਾਸਟ ਹੈ ਜੀ ਆਪਣਾ ਪ੍ਰੋਡਕਟ ਤਾਂ ਉਹਨਾਂ ਨੇ ਆਪਾਂ ਨੂੰ ਆਪਰੇਸ਼ਨ ਦੀ ਗੱਲ ਕੀਤੀ ਹੈ ਉਹ ਕਹਿੰਦੇ ਕਿ ਮਾਨਸਿਕ ਯੋਗਤਾਵਾਂ ਦੇ ਜਿਹੜੇ ਤਿੰਨ ਅਯਾਮਾਂ ਤੋਂ ਬਣੀ ਹੈ 멘ਟਲ ਪ੍ਰੋਸੈਸ ਕਿੰਦੇ ਅੰਦਰ ਇਨਕਲੂਡ ਹੋ ਰਿਹਾ ਹੈ ਇਹ ਵੈਲਿਊਏਸ਼ਨ ਆਪਰੇਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ ਇੱਕ ਆਪਾਂ ਯੂਜ਼ ਕਰਦੇ ਹਾਂ ਜੀ ਕ cognition ਹਨਾ ਇੱਕ ਕਨਵਰਜੈਂਟ ਥਿੰਕਿੰਗ ਇੱਕ ਡਿਵਰਜੈਂਟ ਥਿੰਕਿੰਗ ਇੱਕ ਆਪਾਂ ਮੈਮਰੀ ਯੂਜ਼ ਕਰਦੇ ਆ ਮੈਮਰੀ ਦੀ ਜਗ੍ਹਾ ਤੇ ਕਈ ਜਗ੍ਹਾ ਤੇ ਉਹਨਾਂ ਨੇ ਦੋ ਪੁਆਇੰਟ ਲਏ ਹੋਇਆ ਇੱਕ ਹੈ ਜੀ ਰੀਟੈਂਸ਼ਨ اور ਦੂਸਰੇ ਨੰਬਰ ਤੇ ਰਿਕਾਰਡਿੰਗ ਇਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਲੇਕਿਨ ਸਿੰਥਸਿਸ ਆਪਾਂ ਇਹਦੇ ਵਿੱਚ ਯੂਜ਼ ਹੈ ਜਿਹੜਾ ਨਹੀਂ ਕਰਦੇ ਆਪਾਂ ਈਵੈਲੂਏਸ਼ਨ ਵੀ ਕਰਦੇ ਆ ਕਨਵਰਜੈਂਟ ਥਿੰਕਿੰਗ ਇਕਵਿਧ ਚਿੰਤਨ ਕਰਦੇ ਹਾਂ ਡਿਵਰਜੈਂਟ ਥਿੰਕਿੰਗ ਬਹੁਵਿਧ ਚਿੰਤਨ ਵੀ ਆਪਾਂ ਕਰਦੇ ਆ ਤਾਂ ਬੀ অপਸ਼ਨ ਇਜ਼ ਰਾਈਟ ਆਨਸਰ ਉਹਨਾਂ ਨੇ ਇਹੀ ਪੁੱਛਿਆ ਸੀ ਵਿਚ ਇਜ਼ ਨੋਟ ਨੋਟ ਵਾਲੇ ਕੁਐਸਚਨ ਨੂੰ ਹਮੇਸ਼ਾ ਦੋ ਵਾਰੀ ਰੀਡ ਕਰਨਾ ਹੈ ਕਿਉਂਕਿ ਨੋਟ ਵਾਲੇ ਕੁਐਸਚਨ ਦੇ ਵਿੱਚ ਆਲਮੋਸਟ ਬੱਚਿਆਂ ਦੀ ਮਿਸਟੇਕ ਹੋ ਜਾਂਦੀ ਕਿਉਂਕਿ ਆਪਾਂ ਨੋਟ ਪੜ੍ਹਦੇ ਨਹੀਂ आंसर फटाफट लगाने है भज गए आंसर अपना हो जाता है गलत तो नोट वाला क्वेश्चन एक्सेप्ट वाला क्वेश्चन हमेशा दो बारी पढ़ना है नेक्स्ट है जी ट्वेल्थ नंबर क्वेश्चन थ्रस्टन थ्योरी ऑफ इंटेलिजेंस इज आ हाँ जी थ्रस्टन थ्योरी ऑफ इंटेलिजेंस इज आ हाँ जी बुद्धिदार थ्रस्टन सिद्धांत सिंगल फैक्टर थ्योरी है टू फैक्टर थ्योरी है ग्रुप फैक्टर थ्योरी है नन ऑफ अबव हां जी 12th ਨੰਬਰ ਕੁਐਸ਼ਨ ਦਾ ਆਨਸਰ ਦੋ ਥਰਸਟਨ ਥਿਊਰੀ ਆਫ ਇੰਟੈਲੀਜੈਂਸ ਇਜ਼ ਬੁੱਧੀ ਦਾ ਥਰਸਟਨ ਦਾ ਜੋ ਸਿਧਾਂਤ ਹੈ ਉਹ ਕੀ ਹੈ ਜੀ ਗਰੁੱਪ ਫੈਕਟਰ ਥਿਊਰੀ ਹੈ ਥਰਸਟਨ ਦਿੱਤੋ ਥਿਊਰੀ ਹੈ ਪ੍ਰਾਇਮਰੀ ਮੈਂਟਲ ਅਬਿਲਿਟੀਜ਼ ਉਹਨੂੰ ਕੀ ਨੇਮ ਦਿੱਤਾ ਗਿਆ ਥਰਸਟਨ ਗਰੁੱਪ ਫੈਕਟਰ ਥਿਊਰੀ ਦਾ ਨੇਮ ਵੀ ਦਿੱਤਾ ਗਿਆ ਹੈ ਇਹਨਾਂ ਨੇ ਸ਼ਿਕਾਗੋ ਯੂਨੀਵਰਸਿਟੀ ਦੇ ਵਿੱਚ ਕੀ ਕੀਤਾ ਸੀਗਾ ਐਕਸਪੈਰੀਮੈਂਟ ਕੀਤੇ ਸੀ 56 ਅਲੱਗ-ਅਲੱਗ ਐਕਸਪੈਰੀਮੈਂਟ ਕੀਤੇ ਗਏ 240 ਸਟੂਡੈਂਟਸ ਦੇ ਹਨਾ ਤਾਂ ਆਨਸਰ ਆ ਗਿਆ ਜੀ ਆਪਣਾ ਸੀ ਆਪਸ਼ਨ ਵੈਰੀ ਗੁੱਡ हाँ जी वेरी गुड सुनील टू फैक्टर थ्यूरी है जी चार्ल्स स्पीयरमैन की सिंगल फैक्टर थ्यूरी है जिन्होंने आप वन फैक्टर थ्यूरी कहने वो किन दीती है एलफ्रेड बिनट ने दी है हाँ जी थैंक यू स्टूडेंट्स नैक्सट है जी तुम जॉइन कर सकते हो अपना ऑनलाइन पेड कोर्स पेपर वन ई टी पेपर टू एस एस टी पेपर टू मैथ सैंस के लिए यह अपने हेल्पलाइन नंबर दिते हुए है किसी भी स्टूडेंट ने ऑनलाइन पेड कोर्स लैया तोल्पलाइन नंबर पर कॉल कर सकते हो जी हाँ जी नैक्सट है जी अपना थर्टीन नंबर क्वेश्चन है Who used the word IQ first? ਹੁਣ ਦੁਬਾਰਾ ਆ ਗਿਆ ਇਹ ਵਾਲਾ ਕੁਐਸਚਨ ਕੁਮਾ ਫਿਰ ਆ ਕੇ ਫਿਰ ਆ ਜਾਂਦਾ ਹੈ ਹਨਾ ਤਾਂ ਆਪਾਂ ਇਹਨੂੰ ਫਿਰ ਐਕਸਪਲੇਨ ਕਰਾਂਗੇ ਤਾਂ ਕਿ ਤੁਹਾਡਾ ਹੋਰ ਵਧੀਆ ਤਰੀਕੇ ਦੇ ਨਾਲ ਰਿਵਾਈਜ਼ ਹੋ ਜਾਏਗਾ ਠੀਕ ਹੈ ਜੀ ਹਾਂਜੀ IQ ਦੇ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਹੈ ਥੋਨਡਾਇਕ ਵਿਲੀਅਮਸਟਨ ਐਲਫ੍ਰੈਡ ਬਿਨੇਟ ਟਰਮਨ ਤਾਂ IQ ਦੇ ਵਰਡ ਦੀ ਸਭ ਤੋਂ ਪਹਿਲਾਂ ਯੂਜ਼ ਕਿਸ ਨੇ ਕੀਤਾ ਹੈ ਆਪਾਂ ਨੂੰ ਪਤਾ ਹੈ ਵਿਲੀਅਮ ਸਟਾਨ ਨੇ ਕੀਤਾ ਹੈ ਵਿਲੀਅਮ ਸਟਾਨ ਨੇ IQ ਦਾ ਆਪਾਂ ਨੂੰ ਕੀ ਕਨਸੈਪਟ ਦਿੱਤਾ ਸੀ ਮੈਂਟਲ ਏਜ ਅਪੋਨ ਕ੍ਰੋਨੋਲੋਜੀਕਲ ਏਜ ਇਹ ਕਿੰਨੇ ਦਿੱਤਾ ਹੈ ਵਿਲੀਅਮ ਸਟਾਨ ਨੇ ਲੇਕਿਨ ਜਦੋਂ ਲੂਈਸ ਟਰਮਨ ਆਏ ਇਹਨਾਂ ਨੇ 1916 ਦੇ ਵਿੱਚ IQ ਦਾ ਕਨਸੈਪਟ ਕੀ ਕੀਤਾ ਰਿਵਾਈਜ਼ ਕੀਤਾ IQ ਦਾ ਕਨਸੈਪਟ ਰਿਵਾਈਜ਼ ਕਰਕੇ ਇਹਨਾਂ ਨੇ ਆਪਾਂ ਨੂੰ ਕੀ ਆਨਸਰ ਦਿੱਤਾ ਮੈਂਟਲ ਏਜ ਅਪੋਨ ਕ੍ਰੋਨੋਲੋਜੀਕਲ ਏਜ ਮਲਟੀਪਲਾਈ ਬਾਈ 100 ਤਾਂ ਇਹ ਦੁਬਾਰਾ ਫਿਰ ਯਾਦ ਕਰ ਲੋ ਇਸ ਚੀਜ਼ ਨੂੰ ਮਾਈਂਡ ਵਿੱਚ ਰਹਿ ਜਾਏਗੀ ਤਾਂ ਪੇਪਰ ਵਿੱਚ ਵੀ ਗਲਤ ਨਹੀਂ ਹੋਏਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਵਿੱਚ ਆ ਜਾਣਾ ਦੇਖ ਲੈਣਾ ਇਸ ਵਾਰੀ ਪੇਪਰ 'ਚ ਪੱਕਾ ਆਏਗਾ ਇਹ ਵਾਲਾ ਕੁਐਸਚਨ ਨੈਕਸਟ ਹੈ ਜੀ 14th ਨੰਬਰ ਕੁਐਸਚਨ ਅ ਪਰਸਨ ਕੰਡੀਸ਼ਨ ਵਿਦ ਰਿਗਾਰਡ ਟੂ ਦਾ ਸਾਈਕੋਲੋਜੀਕਲ ਐਂਡ ਇਮੋਸ਼ਨਲ ਵੈਲ ਬੀਇੰਗ ਇਜ਼ ਨੋਨ ਐਸ ਕਿਸੇ ਵਿਅਕਤੀ ਦੀ ਮਨੋਵਿਗਿਆਨਿਕ ਅਤੇ ਭਾਵਨਾਤਮਕ ਭਾਵਨਾ ਦੇ ਸਬੰਧ ਵਿੱਚ ਇਸ ਸਥਿਤੀ ਨੂੰ ਕੀ ਕਿਹਾ ਜਾਂਦਾ ਹੈ ਇਮੋਸ਼ਨਲ ਇੰਟੈਲੀਜੈਂਸ ਭਾਵਨਾਤਮਕ ਬੁੱਧੀਮਤਾ ਸੋਸ਼ਲ ਇੰਟੈਲੀਜੈਂਸ ਮੈਂਟਲ ਹੈਲਥ ਪਰਸਨੈਲਿਟੀ ਹਾਂਜੀ ਹਾਂਜੀ ਜਸਮੀਤ ਕੌਰ ਰਾਜੇ ਪਹਿਲਾਂ ਆਪਾਂ ਕੁਐਸਚਨਸ ਸੋਲਵ ਕਰ ਲਈ ਐਮਸੀਕਿਊਜ਼ ਪੜ੍ਹ ਲਈਏ ਫਿਰ ਆਪਾਂ ਤੁਹਾਡੇ ਗੱਲ ਤੇ ਵੀ ਆ ਜਾਾਂਗੇ ਪਹਿਲਾਂ ਪੜ੍ਹ ਲਓ ਪਲੀਜ਼ ਹਾਂਜੀ ਜਲਦੀ ਆਨਸਰ ਦੋ ਰਾਜੇ 14th ਨੰਬਰ ਕੁਐਸਚਨ ਕਿਸੇ ਵੀ ਵਿਅਕਤੀ ਦੀ ਮਨੋਵਿਗਿਆਨਿਕ ਅਤੇ ਭਾਵਨਾਤਮਕ ਭਾਵਨਾ ਦੇ ਸਬੰਧ ਵਿੱਚ ਸਥਿਤੀ ਨੂੰ ਕੀ ਕਿਹਾ ਜਾਂਦਾ ਹੈ ਸਾਈਕੋਲੋਜੀਕਲ ਔਰ ਇਮੋਸ਼ਨਲ ਦੋਨਾਂ ਦੀ ਗੱਲ ਹੋ ਰਹੀ ਹੈ ਧਿਆਨ ਨਾਲ ਆਨਸਰ ਦੋ ਸਾਈਕੋਲੋਜੀਕਲ ਔਰ ਇਮੋਸ਼ਨਲ ਹਾਂਜੀ ਮੈਂਟਲ ਹੈਲਥ ਇੰ ਦਾ ਆਨਸਰ ਆਏਗਾ ਬੀ ਆਪਸ਼ਨ ਤਾਂ ਬਿਲਕੁਲ ਵੀ ਨਹੀਂ ਆਏਗਾ ਦੇਖੋ ਅਗਰ ਆਪਾਂ ਨੂੰ ਕੱਲੇ ਇਮੋਸ਼ਨਸ ਦੀ ਗੱਲ ਕਰਦੇ ਤਾਂ ਆਪਾਂ ਇਹਦਾ ਆਨਸਰ ਦਿੰਦੇ ਇਮੋਸ਼ਨਲ ਇੰਟੈਲੀਜੈਂਸ ਠੀਕ ਹੈ ਜਿਨ੍ਹਾਂ ਨੇ ਏ ਆਪਸ਼ਨ ਆਨਸਰ ਦਿੱਤਾ ਹੈ ਉਹਨਾਂ ਦਾ ਗਲਤ ਹੈ ਰਾਜੇ ਬੀ ਵੀ ਗਲਤ ਹੈ ਔਰ ਪਰਸਨੈਲਿਟੀ ਤਾਂ ਬਿਲਕੁਲ ਵੀ ਨਹੀਂ ਆਏਗਾ ਕਿਉਂਕਿ ਟੌਪਿਕ ਹੀ ਆਪਣਾ ਇੰਟੈਲੀਜੈਂਸ ਚੱਲ ਰਿਹਾ ਹੈ ਦੇਖੋ ਮੈਂਟਲ ਹੈਲਥ ਦੀ ਗੱਲ ਹੋ ਰਹੀ ਹੈ ਕਿਉਂ ਗੱਲ ਹੋ ਰਹੀ ਹੈ ਇਹ ਪਰਸਨ ਕੰਡੀਸ਼ਨ ਵਿਦ ਰਿਗਾਰਡ ਆਫ देयर ਸਾਈਕੋਲੋਜੀਕਲ ਸਾਈਕੋਲੋਜੀਕਲ ਦਾ ਮਤਲਬ ਕੀ ਹੁੰਦਾ ਹੈ ਮਨੋਵਿਗਿਆਨ ਐਂਡ ਇਮੋਸ਼ਨਲ ਆਪਣੇ ਦਿਮਾਗ ਮੀਨਸ ਆਪਣੇ ਮਨੋਵਿਗਿਆਨ ਔਰ ਭਾਵਨਾਵਾਂ ਦੇ ਸਬੰਧ ਵਿੱਚ ਗੱਲ ਹੋ ਰਹੀ ਹੈ ਸਥਿਤੀ ਕਿਹੜੀ ਆਏਗੀ 멘ਟਲ ਹੈਲਥ ਆਏਗੀ ਦੇਖੋ ਜਦੋਂ ਵੀ ਆਪਾਂ ਨੂੰ ਕੋਈ ਹਰਟ ਕਰਦਾ ਕਿਸੇ ਦੀ ਗੱਲ ਆਪਾਂ ਨੂੰ ਹਰਟ ਹੋ ਜਾਂਦੀ ਐ ਅੱਛੀ ਨਹੀਂ ਲੱਗਦੀ ਹੈਨਾ ਤਾਂ ਉਹ ਗੱਲ ਕਿਤੇ ਨਾ ਕਿਤੇ ਆਪਣੇ ਇਮੋਸ਼ਨਸ ਹਰਟ ਹੁੰਦੇ ਐ ਹੈਨਾ ਇਮੋਸ਼ਨਸ ਹਰਟ ਹੁੰਦੇ ਤਾਂ ਦਿਲ ਨੂੰ ਦੁੱਖ ਹੁੰਦਾ ਲੇਕਿਨ ਉਹ ਗੱਲ ਕਿਤੇ ਨਾ ਕਿਤੇ ਦਿਮਾਗ 'ਚੋਂ ਵੀ ਨਹੀਂ ਜਾਂਦੀ ਦਿਮਾਗ 'ਚੋਂ ਨਹੀਂ ਜਾਂਦੀ ਨਾ ਵੀ ਐਨੇ ਮੇਰੇ ਨਾਲ ਐਵੇਂ ਕੀਤਾ ਸੀ ਤਾਂ ਇਟ ਮੀਨਸ ਕੀ ਹੈ ਮਾਨਸਿਕ ਸਿਹਤ ਤੇ ਵੀ ਉਹ ਚੀਜ਼ ਹੈ ਜਿਹੜੀ ਉਹ ਪੂਰਾ ਪ੍ਰਭਾਵ ਪਾਉਂਦੀ ਹੈ ਤਾਂ ਮੈਂਟਲ ਹੈਲਥ ਆਪਣਾ ਇਹਦਾ ਆਨਸਰ ਆਏਗਾ ਜੀ ਸੀ ਆਪਸ਼ਨ ਔਰ ਸੁਨੀਲ ਥਿੰਦ ਵੈਰੀ ਗੁੱਡ ਜੋ ਇਮੋਸ਼ਨਲ ਇੰਟੈਲੀਜੈਂਸ ਹੈ ਇਹ ਕੁਐਸਚਨ ਪੇਪਰ ਦੇ ਵਿੱਚ ਆਇਆ ਸੀ ਜੋ ਸੁਨੀਲ ਥਿੰਦ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈ ਮੈਂ ਵੀ ਤੁਹਾਨੂੰ ਦੱਸ ਦਿੰਨੀ ਆ ਮੈਂਟਲ ਹੈਲਥ ਦਾ ਜੋ ਕਨਸੈਪਟ ਹੈ ਉਹ ਆਪਾਂ ਨੂੰ ਕਿਸ ਨੇ ਦਿੱਤਾ ਹੈ ਸੈਲਵਰੀ ਐਂਡ ਮੇਅਰ ਨੇ ਦਿੱਤਾ ਹੈ ਸੈਲਵਰੀ ਐਂਡ ਮੇਅਰ ਨੇ ਦਿੱਤਾ ਹੈ ਮੈਂਟਲ ਹੈਲਥ ਦਾ ਕਨਸੈਪਟ ਹੈਨਾ ਔਰ इमोशनल इंटेलिजेंस ਦੇ ਨਾਮ ਦੇ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਡੈਨੀਲ ਗੋਲਮਨ ਨੂੰ ਜਾਣਿਆ ਜਾਂਦਾ ਹੈ ਕਿਉਂਕਿ ਡੈਨੀਲ ਗੋਲਮਨ ਦੀ ਬੁੱਕ ਆਈ ਸੀ ਉਹਨਾਂ ਦੀ ਬੁੱਕ ਦਾ ਨੇਮ ਸੀ इमोशनल इंटेलिजेंस ਠੀਕ ਹੈ ਜੀ ਤਾਂ ਇਸ ਲਈ ਆਪਣਾ ਇਹਦਾ ਇਸ ਕੁਐਸਚਨ ਦਾ ਆਨਸਰ ਆਪਣਾ ਸੀ ਆਪਸ਼ਨ ਆਏਗਾ ਇਹਨੂੰ ਧਿਆਨ ਨਾਲ ਦੇਖੋ ਠੀਕ ਹੈ ਜੀ ਇਸ ਕੁਐਸਚਨ ਦਾ ਆਨਸਰ ਆਪਣਾ ਕੀ ਆਏਗਾ ਜੀ ਸੀ ਆਪਸ਼ਨ ਨੈਕਸਟ ਹੈ ਜੀ ਇਨ 1905 ਡੈਸ਼ ਗੇਵ ਦਾ ਫਰਸਟ ਵਰਬਲ ਇੰਟੈਲੀਜੈਂਸ ਟੈਸਟ ਇਨ ਦਾ ਸਾਈਕੋਲੋਜੀ ਹਾਂ ਜੀ 1905 ਦੇ ਵਿੱਚ ਡੈਸ਼ ਨੇ ਮਨੋਵਿਗਿਆਨ ਵਿੱਚ ਅਕੋਤੀ ਵਿਗਿਆਨ ਮਨੋਵਿਗਿਆਨ ਦੀ ਜਾਂਚ ਕੀਤੀ ਹੈ ਐਲਫਰਡ ਐਂਡ ਗਾਰਡਨਰ ਬਰਟ ਕ੍ਰਾਇਲ ਬਿਨਰਟ ਐਂਡ ਸਾਈਮਨ ਨਨ ਆਫ ਥੀਸ ਹੁਣ ਦੇਖੋ ਐਲਫਰਡ ਔਰ ਗਾਰਡਨਰ ਦੋਨਾਂ ਨੇ ਇਕੱਠੇ ਹੋ ਕੇ ਕਦੇ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਹਾਰਵਰਡ ਗਾਰਡਨਰ ਦੀ ਆਪਾਂ ਨੂੰ ਪਤਾ ਹੈ ਉਹਨਾਂ ਦੀ ਮਲਟੀਪਲ ਇੰਟੈਲੀਜੈਂਸ ਵਾਲੀ ਥਿਊਰੀ ਹੈ ਔਰ ਐਲਫਰਡ ਬਿਨਰਟ ਦੀ ਹਾਰਵਰਡ ਗਾਰਡਨਰ ਨਾਲ ਸ਼ਾਇਦ ਬੰਧ ਨਹੀਂ ਸੀ ਇਹਨਾਂ ਨੇ ਕੋਈ ਇਕੱਠਾ ਕੰਮ ਨਹੀਂ ਕੀਤਾ ਬਰਟ ਕ੍ਰਾਇਲ ਨੇ ਆਪਾਂ ਨੂੰ ਬੈਕਵਰਡ ਜਿਹੜੇ ਬੈਕਵਰਡ ਇੰਟੈਲੀਜੈਂਸ ਹੁੰਦੇ ਆ ਬੈਕਵਰਡ ਚਿਲड्रन ਹੁੰਦੇ ਆ ਹਨਾ ਉਹਨਾਂ ਬਾਰੇ ਗੱਲ ਕੀਤੀ ਹੈ ਜ਼ਿਆਦਾ ਤਾਂ ਬਿਨੇਟ ਸਾਈਮਨ ਟੈਸਟ ਹੈ ਜਿਹੜਾ ਉਹ ਆਇਆ ਸੀ 1905 ਦੇ ਵਿੱਚ ਜਿਹਨੂੰ ਵਰਬਲ ਇੰਟੈਲੀਜੈਂਸ ਟੈਸਟ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਹੜਾ ਆਲਮੋਸਟ ਬੱਚੇ ਪੇਪਰ ਦੇ ਵਿੱਚ ਗਲਤ ਵੀ ਕਰਕੇ ਆਉਂਦੇ ਹਨਾ ਸੀ ਆਪਸ਼ਨ ਇਜ਼ ਰਾਈਟ ਆਨਸਰ ਵੈਰੀ ਗੁੱਡ ਜਿਨ੍ਹਾਂ ਨੇ ਸੀ ਆਪਸ਼ਨ ਆਨਸਰ ਦਿੱਤਾ ਉਹਨਾਂ ਦਾ ਬਿਲਕੁਲ ਸਹੀ ਹੈ ਔਰ ਜਿਨ੍ਹਾਂ ਨੇ ਸਹੀ ਆਨਸਰ ਦਿੱਤਾ ਉਹਨਾਂ ਦਾ ਸਹੀ ਕਿਉਂ ਆ ਰਿਹਾ ਕਿਉਂਕਿ ਉਹਨਾਂ ਨੇ ਬਹੁਤ ਅੱਛਾ ਪੜ੍ਹਿਆ ਹੋਇਆ ਪਹਿਲਾਂ ਔਰ ਦੂਸਰੇ ਨੰਬਰ ਤੇ कल मैं ये चीज आपको दस चुकी हां कल मैं दसया सी ये पेपर पेंसिल टेस्ट है वेरी गुड पिंकी रामी सी ऑप्शन इज राइट आंसर नेक्स्ट है जी 16 नंबर क्वेश्चन स्पीयरमैन थ्योरी ऑफ इंटेलिजेंस इज टू थोन डाइक ए स्पीयरमैन बुद्धि का सिद्धांत थॉर्नडाइक के नाम रिलेटेड है इननेट इज टू रिक्वायर्ड जन्मजात है अर्जित है कल्चर फ्री इज टू कल्चर फेयर सभ्यता मुक्त सभ्यता प्रथित प्रतिनिधि है ਵਰਬਲ ਇਸ ਟੂ ਪਰਫਾਰਮੈਂਸ ਮੌਖਿਕ ਪ੍ਰਦਰਸ਼ਨ ਨਾਲ ਸੰਬੰਧਿਤ ਹੈ ਕੁਆਲੀਟੇਟਿਵ ਇਸ ਟੂ ਕੁਆਂਟੀਟੇਟਿਵ ਗੁਣਾਤਮਕ ਜਾਂ ਅਰਥ ਮਾਤਰਾਤਮਕ ਹੈ ਹਾਂਜੀ ਤਾਂ 16 ਨੰਬਰ ਕੁਐਸਚਨ ਦਾ ਆਪਣਾ ਆਨਸਰ ਕੀ ਆਏਗਾ ਹਾਂਜੀ ਜਲਦੀ ਆਨਸਰ ਦਿਓ ਰਾਜੇ ਵੈਰੀ ਗੁੱਡ ਜਲਦੀ ਜਲਦੀ ਆਨਸਰ ਦਿਓ ਧਿਆਨ ਨਾਲ ਦੇਣਾ ਗਲਤ ਆਨਸਰ ਨਹੀਂ ਦੇਣਾ ਹਲੇ ਤੱਕ ਗਲਤ ਆਨਸਰ ਆ ਰਿਹਾ ਹੈ ਮਨਜੀਤ ਚਾਹਲ ਵੈਰੀ ਗੁੱਡ ਡੀ ਆਪਸ਼ਨ ਇਜ਼ ਰਾਈਟ ਆਨਸਰ ਦੇਖੋ ਸਪੀਅਰਮੈਨ ਨੇ ਆਪਾਂ ਨੂੰ ਗੱਲ ਕੀਤੀ ਹੈ ਕਿ ਇੱਕ ਵਿਅਕਤੀ ਦੇ ਵਿੱਚ ਕਿਹਨੇ ਦੋ ਤਰ੍ਹਾਂ ਦੀਆਂ ਅਬਿਲਿਟੀਜ਼ ਹੋ ਸਕਦੀਆਂ ਐ ਇਸ ਕੁਐਸਚਨ ਨੂੰ ਧਿਆਨ ਨਾਲ ਸੁਣੋ ਤੇ ਸਮਝੋ ਦੇਖੋ ਸਪੀਅਰਮੈਨ ਨੇ ਆਪਾਂ ਨੂੰ ਦੋ ਤਰ੍ਹਾਂ ਦੀਆਂ ਅਬਿਲਿਟੀਜ਼ ਦੀ ਗੱਲ ਕੀਤੀ ਐ ਟੂ ਫੈਕਟਰਸ ਦੀ ਗੱਲ ਕੀਤੀ ਐ ਇੱਕ ਜੀ ਫੈਕਟਰ ਹੋਰੇ ਐ ਐਸ ਫੈਕਟਰ ਇਟ ਮੀਨਸ ਉਹ ਕਹਿੰਦੇ ਸਪੀਅਰਮੈਨ ਕਹਿੰਦੇ ਕਿ ਆਪਣੇ ਵਿੱਚ ਦੋ ਕੁਆਲਿਟੀਜ਼ ਹੋ ਸਕਦੀਆਂ ਦੋ ਅਬਿਲਿਟੀਜ਼ ਹੋ ਸਕਦੀਆਂ ਹੈਨਾ ਲੇਕਿਨ ਜੋ ਹਵਾਰਡ ਗਾਰਡਨਰ ਨੇ ਉਹਨਾਂ ਨੇ ਤਾਂ ਕਿਹਾ ਕਿ ਆਪਣੇ ਵਿੱਚ ਏਟ ਟਾਈਪਸ ਦੀ ਇੰਟੈਲੀਜੈਂਸ ਹੈ ਲਿੰਗਵਿਸਟਿਕ ਹੈ 뮤지컬 ਹੈ ਲੌਜੀਕਲ ਮੈਥਮੈਟਿਕਲ ਹੈ ਬੋਡੀਲੀ ਕਾਇਨਸਥੈਟਿਕ ਹੈ ਇੰਟਰਪਰਸਨਲ ਹੈ ਇੰਟਰਾਪਰਸਨਲ ਹੈ ਨੇਚਰਲਿਸਟਿਕ ਹੈ ਹਨਾ ਕਾਫੀ ਤਰ੍ਹਾਂ ਦੀ ਇੰਟੈਲੀਜੈਂਸ ਹੈ ਇਹਦਾ ਮਤਲਬ ਇਹਨਾਂ ਨੇ ਤਾਂ ਕੁਆਂਟੀਟੀ ਦੀ ਗੱਲ ਕਰਤੀ ਤਾਂ ਆਪਣਾ ਆਨਸਰ ਕੀ ਆ ਗਿਆ ਕੁਆਲੀਟੇਟਿਵ ਇਜ਼ ਟੂ ਕੁਆਂਟੀਟੇਟਿਵ ਤਾਂ ਇਹ ਇਹਦਾ ਆਨਸਰ ਡੀ ਆਪਸ਼ਨ ਇਸ ਕਰਕੇ ਬਣ ਰਿਹਾ ਹੈ ਠੀਕ ਹੈ ਜੀ ਡੀ ਆਪਸ਼ਨ ਆਨਸਰ ਆ ਰਿਹਾ ਧਿਆਨ ਨਾਲ ਦੇਖ ਲਓ ਗਲਤ ਆਨਸਰ ਨਹੀਂ ਦੇਣਾ ਹਾਂਜੀ ਨੈਕਸਟ ਕੁਐਸਚਨ ਤੇ ਆਵਾਂਗੇ ਜੀ 17 ਨੰਬਰ ਤੇ ਵਿਚ ਇਜ਼ ਨੋਟ ਅਮੰਗ ਦਾ ਗਾਰਡਨਰ ਲਿਸਟ ਆਫ ਇੰਟੈਲੀਜੈਂਸ ਹੁਣ ਗਾਰਡਨਰ ਦੀ ਜੋ ਥਿਊਰੀ ਹੈ ਉਹਨਾਂ ਵਿੱਚੋਂ ਕਿਹੜਾ ਨਹੀਂ ਹੈ ਸਪੈਸ਼ਲ ਇੰਟੈਲੀਜੈਂਸ ਸਥਾਨਾਤਮਿਕ ਬੁੱਧੀ ਆਪਾਂ ਨੂੰ ਪਤਾ ਹੈ ਜੋ ਸਥਾਨ ਦਾ ਅੰਦਾਜ਼ਾ ਲਗਾਉਂਦੇ ਹੈ ਇਹ ਗਾਰਡਨਰ ਨੇ ਗੱਲ ਕੀਤੀ ਹੈ ਸਥਾਨ ਦਾ ਅੰਦਾਜ਼ਾ ਲਗਾਉਂਦੀ ਹੈ ਹਨਾ ਕਿਹੜੇ ਕਿਹੜੇ ਲੋਕ ਸਥਾਨ ਦਾ ਅੰਦਾਜ਼ਾ ਲਗਾਉਂਦੇ ਹੈ ਜਿਹੜੇ ਪੇਂਟਰ ਹੁੰਦੇ ਹੈ ਹਨਾ ਜਿਹੜੇ ਸਕਲਪਚਰ ਹੁੰਦੇ ਹੈ ਮੂਰਤੀਆਂ ਬਣਾਉਂਦੇ ਹੈ ਫਿਰ ਜਿਹੜੇ ਆਰਕਟੈਕਚਰ ਹੁੰਦੇ ਹੈ ਉਸ ਤੋਂ ਬਾਅਦ ਜਿਹੜੇ ਕਾਰਟੋਗ੍ਰਾਫਰ ਹੁੰਦੇ ਹਨ ਮਤਲਬ ਜਿਹੜੇ ਮੈਪ ਬਣਾਉਂਦੇ ਆ ਇੰਡੀਆ ਦਾ ਵਰਡ ਦਾ ਉਹ ਕਾਰਟੋਗ੍ਰਾਫਰ ਹੁੰਦੇ ਜਿਹੜੇ ਮੈਪ ਬਣਾਉਂਦੇ ਆ ਠੀਕ ਹੈ ਆਰਚਟੈਕਟਸ ਹੁੰਦੇ ਜਿਹੜੇ ਇਹ ਵੀ ਨਕਸ਼ੇ ਬਣਾਉਂਦੇ ਆ ਲੇਕਿਨ ਆਪਣੇ ਘਰਾਂ ਦੇ ਨਕਸ਼ੇ ਬਣਾਉਂਦੇ ਆ ਬਿਲਡਿੰਗਸ ਲੇਕਿਨ ਕਾਰਟੋਗ੍ਰਾਫਰ ਕਿਹੜੇ ਹੁੰਦੇ ਆ ਜਿਹੜੇ ਦੂਸਰੇ ਨਕਸ਼ੇ ਬਣਾਉਂਦੇ ਆ ਵਰਡ ਦਾ ਮੈਪ ਹੋ ਗਿਆ ਕਿਸੇ ਕੰਟਰੀ ਦਾ ਮੈਪ ਹੋ ਗਿਆ ਜਿਵੇਂ ਹਨਾ ਤਾਂ ਨੇਚਰਲਿਸਟਿਕ ਇੰਟੈਲੀਜੈਂਸ ਕਿੰਨਾ ਚ ਹੁੰਦੀ ਹੈ ਜਿਹੜੇ ਗਾਰਡਨਰ ਹੁੰਦੇ ਆ ਫਾਰਮਰ ਹੁੰਦੇ ਆ ਉਸ ਤੋਂ ਬਾਅਦ ਨੈਚਰਲਿਸਟਿਕ ਇੰਟੈਲੀਜੈਂਸ ਕਿੰਦੇ ਵਿੱਚ ਹੁੰਦੀ ਹੈ ਜਿਹੜੇ ਬੋਟਨੀ ਵਾਲੇ ਹੁੰਦੀ ਹੈ ਜੀਓਲੋਜੀ ਵਾਲੇ ਹੁੰਦੀ ਹੈ ਉਹਨਾਂ 'ਚ ਹੁੰਦੀ ਹੈ ਇੰਟਰਪਰਸਨਲ ਇੰਟੈਲੀਜੈਂਸ ਇੱਕ ਦੂਸਰੇ ਨੂੰ ਸਮਝਣਾ ਜਿਵੇਂ ਟੀਚਰ ਹੋ ਗਿਆ ਸਟੂਡੈਂਟ ਟੀਚਰ ਇੱਕ ਦੂਸਰੇ ਨੂੰ ਸਮਝਦੇ ਆ ਫਿਰ ਉਸ ਤੋਂ ਬਾਅਦ ਇਹਦੇ 'ਚ ਆ ਗਿਆ ਡਾਕਟਰਸ ਡਾਕਟਰ ਵੀ ਕਿਸੇ ਪੇਸ਼ੈਂਟ ਨੂੰ ਸੁਣਦੇ ਆ ਸਮਝਦੇ ਆ ਤਾਂ ਆਨਸਰ ਕੀ ਆਏਗਾ ਜੀ ਆਪਣਾ ਸੀ ਆਪਸ਼ਨ ਸੀ ਆਪਸ਼ਨ ਇਜ਼ ਰਾਈਟ ਆਨਸਰ ਲੈਕਿਨ ਕੁਝ ਸਟੂਡੈਂਟ ਅੱਜ ਗਲਤ ਆਨਸਰ ਦੇ ਰਿਹਾ ਬਹੁਤ ਦੁੱਖ ਹੋ ਰਿਹਾ ਮੈਨੂੰ ਪੜ ਨਹੀਂ ਰਹੀ ਧਿਆਨ ਨਾਲ ਕੁਐਸਚਨਸ ਨੂੰ ਨਹੀਂ ਪੜ ਰਹੀ ਵਿਚ ਇਜ਼ ਨੋਟ ਮੈਂ ਪਹਿਲਾਂ ਹੀ ਕਿਹਾ ਸੀ ਨੋਟ ਵਾਲੇ ਕੁਐਸਚਨ ਨੂੰ ਆਪਾਂ ਦੋ ਵਾਰੀ ਪੜਾਂਗੇ ਤਾਂ ਸਪੈਸ਼ ਜੋ ਫਿਜ਼ੀਕਲ ਹੈ ਉਹ ਕਿਸੇ ਦੇ ਵਿੱਚ ਵੀ ਨਹੀਂ ਆਂਦਾ ਆਨਸਰ ਆ ਗਿਆ ਜੀ ਇਹਦਾ ਆਪਣਾ ਸੀ ਆਪਸ਼ਨ ਠੀਕ ਹੈ ਜੀ ਨੈਕਸਟ ਹੈ ਜੀ 18 ਨੰਬਰ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਦਾ ਥਿਉਰੀ ਆਫ ਇੰਟੈਲੀਜੈਂਸ ਇਹ ਲਿਖੀਆਂ ਗੱਲਾਂ ਚੋਂ ਕੌਣ ਸਮਝਦਾਰੀ ਦਾ ਸਿਧਾਂਤ ਨਹੀਂ ਹੈ हम फिर नोट वाला क्वेश्चन है ज्यादा मैं नोट वाले एक्सैप्टेक्टिस थ्यूरी टू फैक्टर थ्यूरी थ्यूरीपल बिनट ने की टू फैक्टर थ्यूरी चार्ल स्पीयरमैन ने की है ठीक है मल्टीफैक्टर थ्यूरी मल्टल फैक्टर थ्यूरी गल किन ने की है ना तो अपने को ਸੀ অপਸ਼ਨ ਥਿਉਰੀ ਆਫ ਰਿਗਰੈਸ਼ਨ ਹੈ ਜਿਹੜਾ ਉਹ ਆਪਣਾ অপਸ਼ਨ ਜਿਹੜਾ ਹੈ ਇੰਟੈਲੀਜੈਂਸ ਦਾ ਨਹੀਂ ਹੈ ਸੀ অপਸ਼ਨ ਇਜ਼ ਰਾਈਟ ਆਂਸਰ ਵੈਰੀ ਗੁੱਡ ਸੀ অপਸ਼ਨ ਇਜ਼ ਰਾਈਟ ਆਂਸਰ ਹਾਂਜੀ ਵੈਰੀ ਗੁੱਡ ਬਿਲਕੁਲ ਸਹੀ ਆਂਸਰ ਦੇ ਰਹੇ ਹੋ ਜੀ ਨੈਕਸਟ ਹੈ ਜੀ 19th ਨੰਬਰ ਕੁਐਸਚਨ ਹਾਰਵਰਡ ਗਾਰਡਨਰ ਥਿਉਰੀ ਆਫ ਇੰਟੈਲੀਜੈਂਸ ਇਜ਼ ਨੋਨ ਐਸ ਹਾਰਵਰਡ ਗਾਰਡਨਰ ਦੀ ਬੁੱਧੀ ਦੇ ਸਿਧਾਂਤ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਥਿਉਰੀ ਆਫ ਪ੍ਰਾਇਮਰੀ ਮੈਂਟਲ ਅਬਿਲਿਟੀਜ਼ ਥਰਸਟਨ ਦੀ ਹੈ ਗਰੁੱਪ ਫੈਕਟਰ ਥਿਉਰੀ ਜਿਹਨੂੰ ਆਪਾਂ ਕਹਿੰਦੇ ਹਾਂ ਹਨਾ ਟ੍ਰਾਇਆਰਕਿਕ ਥਿਉਰੀ ਕਿੰਨੇ ਦਿੱਤੀ ਹੈ ਰੋਬਰਟ ਸਟਰਨਬਰਗ ਨੇ ਤਿੰਨ ਬੁੱਧੀ ਸਿਧਾਂਤ ਟੂ ਫੈਕਟਰ ਥਿਊਰੀ ਚਾਰਲਸ ਸਪੀਅਰਮੈਨ ਨੇ ਦੇਖੋ ਹੁਣ ਤਾਂ ਯਾਦ ਹੀ ਹੋ ਜਾਣੀਆਂ ਐਵੇਂ ਰੱਟੇ ਲੱਗ ਜਾਣਗੇ ਵੀ ਕਿਹੜੀ ਥਿਊਰੀ ਕਿੰਨੇ ਦਿੱਤੀ ਹੈ ਬਾਏ ਐਂ ਦੇ ਨੇਮ ਆਪਾਂ ਨੂੰ ਸਾਹਮਣੇ ਆਗੇ ਫਟਾਫਟ ਆਨਸਰ ਦੇਣਾ ਹਾਰਵਰਡ ਗਾਰਨਰ ਦੀ ਥਿਊਰੀ ਕਿਹੜੀ ਹੈ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਜਿਹਨੂੰ ਮਲਟੀ ਡਾਈਮੈਂਸ਼ਨਲ ਇੰਟੈਲੀਜੈਂਸ ਵੀ ਕਿਹਾ ਜਾਂਦਾ ਹੈ ਹੈਨਾ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਆਪਣੀ ਇਹ ਥਿਊਰੀ ਪ੍ਰਕਾਸ਼ਿਤ ਕੀਤੀ ਹੈ ਜੀ ਡੀ ਆਪਸ਼ਨ ਇਜ਼ ਰਾਈਟ ਆਨਸਰ नैक्सट है जी दी फैक्टर इज रिलेटेड टू जी किस संबंधित है इंटेलीजेंस मोटर एक्टिविटी राइटिंग रिमैबरिंग हाँ जी जी फैक्टर केंद्र रिलेटिड है जी फैक्टर अपनी बुद्धिटिड है ए ऑप्शन इज राइट आंसर अज के जरूर छोटा है, लेकिन कंसैपचुअल क्वेश्चन ने सारे सारे के सारे क्वेश्चन बहुत ज्यादा वजिया कंसैपचुअल ने ए ऑप्शन इज राइट आंसर वेरी गुड नैक्सट है जी ट्वेंटी वन नंबर students who can effectively express their thoughts show dash intelligence ਜੋ ਵਿਦਿਆਰਥੀ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਸਕਦਾ ਹੈ ਤੇ ਡੈਸ਼ ਬੁੱਧੀਮਤਾ ਦਿਖਾਉਂਦੇ ਹਨ emotional linguistic intrapersonal cognitive ਹੁਣ ਦੇਖੋ ਕ cognition ਦੀ ਗੱਲ ਤਾਂ ਆਪਾਂ ਕਰਦੀਆਂ ਆਪਰੇਸ਼ਨ ਦੇ ਵਿੱਚ ਜੋ ਜੀਏਪ ਗਿਲਫਰਡ ਨੇ ਦਿੱਤਾ ਹੈ ਹਨਾ emotional ਦੀ ਗੱਲ ਆਪਾਂ ਕਰਦੇ ਆ emotional intelligence ਦੇ ਵਿੱਚ ਔਰ ਲਿੰਗੁਇਸਟਿਕ ਇੰਟਰਾਪਰਸਨਲ ਕੀ ਹੈ ਇੱਕ ਦੂਸਰੇ ਨੂੰ ਸਮਝਣਾ ਪਛਾਈ ਬੁੱਧੀ ਕਿਹਨ ਦੇ ਵਿੱਚ ਹੁੰਦੀ ਹੈ ਪੋएट ਵਗੈਰਾ ਵਿੱਚ ਹੁੰਦੀ ਹੈ ਉਹਨਾਂ ਨੇ ਪੁੱਛਿਆ ਕਿ ਉਹ ਕਹਿੰਦੇ ਜੋ ਵਿਦਿਆਰਥੀ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਦਾ ਹੈ ਤਾਂ ਉਸ ਦੀ ਬੁੱਧੀਮਤਾਂ ਨੂੰ ਆਪਾਂ ਕੀ ਕਹਾਂਗੇ ਉਹਦੇ ਵਿੱਚ ਕਿਹੜੀ ਇੰਟੈਲੀਜੈਂਸ ਹੋਏਗੀ ਲਿੰਗੁਇਸਟਿਕ ਇੰਟੈਲੀਜੈਂਸ ਹੋਏਗੀ ਕਿਉਂਕਿ ਉਹਦੇ ਵਿੱਚ ਸ਼ਬਦਾ ਦੀ ਅੱਖਰਾਂ ਦੀ ਅੰਕਾਂ ਦੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਇਹਨਾਂ ਚੀਜ਼ਾਂ ਨੂੰ ਐਕਸਪ੍ਰੈਸ ਕਰਨ ਦੀ ਯੋਗਤਾ ਹੈ

ਵਟ ਇਜ਼ ਦਾ ਡੈਫੀਨੇਸ਼ਨ ਆਫ ਇੰਟੈਲੀਜੈਂਸ ਬੁੱਧੀ ਦੀ ਜੋ ਪਰਿਭਾਸ਼ਾ ਹੈ ਉਹਨੂੰ ਆਪਾਂ ਤਿੰਨ ਭਾਗਾਂ ਵਿੱਚ ਵੰਡਦੇ ਹਾਂ ਬੁੱਧੀ ਦੀ ਪਰਿਭਾਸ਼ਾ ਆਪਾਂ ਆਪਸ਼ਨਸ ਰੀਡ ਨਹੀਂ ਕਰਦੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਇੰਟੈਲੀਜੈਂਸ ਕੀ ਦੀ ਡੈਫੀਨੇਸ਼ਨ ਕੀ ਹੈ ਇੰਟੈਲੀਜੈਂਸੀ ਡੈਫੀਨੇਸ਼ਨ ਕੀ ਹੈ ਅਬਿਲਿਟੀ ਟੂ ਲਰਨ ਹੈ ਆਪਣੇ ਵਿੱਚ ਸਿੱਖਣ ਦੀ ਯੋਗਤਾ ਹੈ ਅਬਿਲਿਟੀ ਟੂ ਅਡਜਸਟ ਹੈ ਅਬਿਲਿਟੀ ਟੂ ਅਡਜਸਟ ਹੈ

ਹਾਂਜੀ ਥੈਂਕ ਯੂ ਜਿਹੜੇ ਵੀ ਸਟੂਡੈਂਟ ਨੇ ਦੱਸਿਆ ਸੀ ਤੁਹਾਡਾ ਮੈਂ ਕਮੈਂਟ ਤਾਂ ਪੜ ਲਿਆ ਨੇਮ ਭੁੱਲ ਗਈ ਆਪਣੇ ਆਪ ਨੂੰ ਸਮਝਣਾ ਠੀਕ ਹੈ ਹਾਂਜੀ ਤਾਂ ਆਪਣਾ 22 ਨੰਬਰ ਕੁਐਸਚਨ ਦਾ ਆਨਸਰ ਆ ਗਿਆ ਜੀ ਏ ਆਪਸ਼ਨ ਨੈਕਸਟ ਹੈ ਜੀ ਤੁਸੀਂ ਜੁਆਇਨ ਕਰ ਸਕਦੇ ਹੋ ਆਪਣਾ ਫ੍ਰੀ ਵਟਸਐਪ ਗਰੁੱਪ ਆਪਣਾ ਨੇਮ ਪੀਐਸਟੈਟ ਜੈਂਡਰ ਟਾਈਪਰ ਕੇਸ ਨੰਬਰ ਤੇ ਤੁਸੀਂ ਮੈਸੇਜ ਕਰੋ ਔਰ ਟੈਲੀਗ੍ਰਾਮ ਚੈਨਲ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਸਾਵਲ ਕਲਾਸਿਸ ਪੀਐਸਟੈਟ ਲਿਖ ਕੇ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਜਿੰਨੇ ਵੀ ਪੀਡੀਐਫ ਨੇ ਜਿੰਨੀਆਂ ਵੀ ਇੰਪੋਰਟੈਂਟ ਇਨਫੋਰਮੇਸ਼ਨਸ ਨੇ ਸਾਰੀਆਂ ਤੁਹਾਨੂੰ ਵਟਸਐਪ ਗਰੁੱਪ ਔਰ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਗੀਆਂ ਜੀ ਜੋ ਵੀ ਤੁਹਾਡੀ ਕੁਐਰੀਜ਼ ਹੁੰਦੀ ਹੈ ਪੇਪਰ ਕਦੋਂ ਆਣਾ ਹੈ ਲੈਕਚਰ ਕਿਵੇਂ ਲੱਗਣੇ ਹੈ ਸਾਰਾ ਕੁਝ ਜੋ ਵੀ ਪੁੱਛਣਾ ਚਾਹੁੰਦੇ ਹੋ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਜੀ ਠੀਕ ਹੈ ਔਰ ਮੈਂ ਇੱਕ ਵਾਰੀ ਫਿਰ ਤੋਂ ਦੱਸਦਾ ਕੱਲ ਵੀ ਦੱਸਿਆ ਸੀ 2:30 ਵਜੇ ਆਪਣਾ ਸੀਡੀਪੀ ਦਾ ਲੈਕਚਰ ਲੱਗਦਾ ਹੈ ਜੀ 3:30 ਵਜੇ ਤੁਹਾਡੀ ਲੱਗਦੀ ਹੈ ਜੀ ਪੰਜਾਬੀ ਪੈਡਾਗੋਜੀ ਦੀ ਕਲਾਸ ਔਰ ਅੱਜ ਤੁਹਾਡਾ ਈਵੀਐਸ ਦਾ ਵੀ ਲੱਗਿਆ ਸੀ 1 ਵਜੇ ਹਨਾ ਉਸ ਤੋਂ ਬਾਅਦ 8 ਵਜੇ लग्या मैथ का और नौ बजे इंग्लिश सॉरी मैं उल्ट लिखता है ना इंग्लिश और मैथ ठीक है जी ओके नेक्स्ट है जी हु प्रपोज द थ्योरी ऑफ फ्लूड एंड क्रिस्टलाइज्ड इंटेलिजेंस हाँ जी सिक्सटीन नंबर क्वेश्चन मैं रिपीट रे, कर दिया जी धाजी सिक्सटीन नंबर क्वेश्चन रिपीट कर ट्वेंटी थ्री नंबर क्वेश्चन का आंसर दे दो जल्दी हु प्रपोज्ड द थ्योरी ऑफ फ्लूइड और क्रिस्टलाइज्ड इंटेलिजेंस हाँ जी फ्लूइड और क्रिस्टलाइज्ड इंटेलिजेंस किसने दीती है हाँ जी हरविंदर जी थैंक यू रेमंड बी कैटल रेमंड बी कैटल इथे एंड नहीं आना राजे बी आना रेमंड बी कैटल ने दी है जी फ्लूड और क्रिस्टलाइज इंटेलिजेंस ठीक है जी क्लियर है ओके नेक्स्ट है जी ट्वेंटी फोर नंबर व्हाट इज द नेचर ऑफ इंटेलिजेंस अकॉर्डिंग टू थोन डाइक थोन डाइक के अकोर्डिंग बुद्धि का जो सुभा की है नेचर की है इंटेलिजेंस इज अ जनरल कोपरेटिव अबिलिटीज बुद्धि एक आम बोधात्मक योग्यता है इंटेलिजेंस इज द कंबीनेशन ऑफ इंटेलिजेंस इज अ ਕੰਬੀਨੇਸ਼ਨ ਆਫ ਹਾਂਜੀ ਇਨਨੈਟ ਇਨਨੈਟ ਐਂਡ ਲਰਨ ਅਬਿਲਿਟیز ਬੁੱਧੀ ਜਨਮजात ਅਤੇ ਸਿੱਖੀਆਂ ਗੱਲਾਂ ਦੀ ਕਾਬਲੀਅਤ ਦਾ ਸੁਮੇਲ ਹੈ ਨੈਕਸਟ ਹੈ ਜੀ ਇੰਟੈਲੀਜੈਂਸ ਇਸ ਮੇਡ ਅਪ ਆਫ ਮਲਟੀਪਲ ਡਿਸਟਿੰਕਟ ਅਬਿਲਿਟیز ਬੁੱਧੀ ਬਹੁਤ ਸਾਰੀਆਂ ਵਿਸ਼ੇਸ਼ ਯੋਗਤਾਵਾਂ ਤੋਂ ਬਣੀ ਹੈ ਇੰਟੈਲੀਜੈਂਸ ਇਸ ਸੋਸ਼ਲ ਕਨਸਟਰਕਟ ਬੁੱਧੀ ਇੱਕ ਸਮਾਜਿਕ ਰਚਨਾ ਹੈ ਤਾਂ ਬੁੱਧੀ ਕੀ ਹੈ ਜਨਰਲ ਕੌਗਨੀਟਿਵ ਅਬਿਲਿਟੀ ਹੈ ਤੁਹਾਨੂੰ ਕਿੰਨੇ ਕਹਤਾ ਥੋਰਨਡਾਈਕ ਨੇ ਕੀ ਗੱਲ ਕੀਤੀ ਹੈ ਥੋਰਨਡਾਈਕ ਦੀ ਆਪਾਂ ਥਿਉਰੀ ਨਹੀਂ ਪੜੀ ਮੋਨਾਰਕਿਕ ਥਿਉਰੀ ਕੀ ਹੋ ਗਿਆ ਤੁਹਾਨੂੰ ਗਲਤ ਆਨਸਰ ਕਿਉਂ ਦੇ ਰਹੇ ਹੋ ਥੋਰਨਡਾਈਕ ਦੀ ਜੋ ਆਪਾਂ ਥਿਊਰੀ ਪੜ੍ਹੀ ਹੋਈ ਹੈ ਫਸਟ ਥਿਊਰੀ ਤੋਂ ਹੀ ਆਪਾਂ ਸਟਾਰਟ ਕਰਦੇ ਹੁੰਨੇ ਆ ਕਿਸੇ ਨੂੰ ਵੀ ਯਾਦ ਰਹੀ ਸੀ ਥੋਰਨਡਾਈਕ ਮਲਟੀਪਲ ਇੰਟੈਲੀਜੈਂਸ ਥਿਊਰੀ ਜਿਹਨੂੰ ਆਪਾਂ ਸੋਰੀ ਮੋਨਾਰਕਿਕ ਲਿਖਤਾ ਬਾਇ ਮਿਸਟੇਕ ਅਨਾਰਕਿਕ ਥਿਊਰੀ ਕਹਿੰਦੇ ਹਾਂ ਇੱਕ ਮਿੰਟ ਦੇਖ ਲੋ ਰਾਜੇ ਧਿਆਨ ਨਾਲ ਥੋਰਨਡਾਈਕ ਦੀ ਥਿਊਰੀ ਨੂੰ ਆਪਾਂ ਅਨਾਰਕਿਕ ਥਿਊਰੀ ਵੀ ਕਹਿੰਦੇ ਆ ਥੋਰਨਡਾਈਕ ਨੇ ਕਿਹਾ ਕਿ ਇੱਕ ਵਿਅਕਤੀ ਇੱਕ ਤਰ੍ਹਾਂ ਦੀ ਬੁੱਧੀ ਦੇ ਵਿੱਚ ਮਤਲਬ ਇੱਕ ਫੀਲਡ ਦੇ ਵਿੱਚ ਇੰਟੈਲੀਜੈਂਟ ਹੈ ਤਾਂ ਹਰ ਫੀਲਡ ਦੇ ਵਿੱਚ ਇੰਟੈਲੀਜੈਂਟ ਹੋਏਗਾ ਹਨਾ ਸੌਰੀ ਇੱਕ ਇੱਕ ਵਿਅਕਤੀ ਇੱਕ ਫੀਲਡ ਦੇ ਵਿੱਚ ਇੰਟੈਲੀਜੈਂਟ ਹੈ ਤਾਂ ਕਿਸੇ ਹੋਰ ਫੀਲਡ ਦੇ ਵਿੱਚ ਇੰਟੈਲੀਜੈਂਟ ਹੋਏਗਾ ਕਿ ਨਹੀਂ ਹੋਏਗਾ ਇਸ ਚੀਜ਼ ਦਾ ਸੀ ਅੰਦਾਜ਼ਾ ਨਹੀਂ ਲਗਾ ਸਕਦੇ ਮੈਂ ਰਿਪੀਟ ਕਰ ਰਹੀ ਹਾਂ ਵਾਈ ਮਿਸਟੇਕ ਗਲਤ ਬੋਲਤਾ ਸੀ ਤਾਂ ਵਾਟ ਇਜ਼ ਦਾ ਨੇਚਰ ਆਫ ਇੰਟੈਲੀਜੈਂਸ ਨਹੀਂ ਐਮਸੀਕਿਊਜ਼ ਕਰਨ ਵੇਲੇ ਕਨਫਿਊਜ਼ ਨਹੀਂ ਹੋਣਾ ਰਹਾ ਤੇ ਦੇਖੋ ਧਿਆਨ ਨਾਲ ਪੜਿਆ ਹੋਇਆ ਤਾਂ एमसीक्यूਸ ਵਲੇ ਕੋਈ ਦਿੱਕਤ ਨਹੀਂ ਆਏਗੀ ਕੁਐਸ਼ਨਸ ਨੂੰ ਆਰਾਮ ਦੇ ਨਾਲ ਪੜਿਆ ਕਰੋ ਕੋਸ਼ਨ ਦੀ ਸੈਂਸ ਨੂੰ ਸਮਝਿਆ ਕਰੋ ਕਦੇ ਵੀ ਦਿੱਕਤ ਨਹੀਂ ਆਉਂਦੀ ਵਟ ਇਜ਼ ਅ ਨੇਚਰ ਆਫ ਇੰਟੈਲੀਜੈਂਸ ਅਕੋਰਡਿੰਗ ਟੂ ਥੋਰਨਡਾਈਕ ਪਹਿਲੀ ਗੱਲ ਤਾਂ ਇਹ ਹੈ ਥੋਰਨਡਾਈਕ ਮਲਟੀਪਲ ਫੈਕਟਰ ਥਿਊਰੀ ਹੈ ਦੂਸਰੇ ਨੰਬਰ ਤੇ ਥੋਰਨਡਾਈਕ ਦੀ ਮਲਟੀਪਲ ਫੈਕਟਰ ਥਿਊਰੀ ਨੂੰ ਆਪਾਂ ਅਨਾਰਕਿਕ ਥਿਊਰੀ ਵੀ ਕਹਿੰਦੇ ਹਾਂ ਤੀਸਰੇ ਨੰਬਰ ਤੇ ਇਹ ਗੱਲ ਹੈ ਕਿ ਥੋਰਨਡਾਈਕ ਕੀ ਕਹਿੰਦੇ ਆਪਣੀ ਇਸ ਥਿਊਰੀ ਦੇ ਵਿੱਚ ਉਹ ਕਹਿੰਦੇ ਅਨਾਰਕਿਕ ਥਿਊਰੀ ਵਿੱਚ ਥੋਰਨਡਾਈ ਕਹਿੰਦੇ देयर इज नो जनरल जनरल इंटेलिजेंस और अ सिंगल फैक्टर इट इज अ कॉम्बिनेशन ऑफ मल्टीपल फैक्टर्स क्योंकि थोनडाइक ने उनकी गल की है ना एब्स्ट्रैक्ट इंटेलिजेंस सोशल इंटेलिजेंस और मैकेनिकल इंटेलिजेंस ਤਾਂ ਥੋਨ ਡਾਇਕ ਕਹਿੰਦੇ ਕਿ ਇੱਕ ਵਿਅਕਤੀ ਇੱਕ ਫੀਲਡ ਦੇ ਵਿੱਚ ਇੰਟੈਲੀਜੈਂਟ ਹੈ ਉਹ ਕਿਸੇ ਹੋਰ ਫੀਲਡ ਦੇ ਵਿੱਚ ਇੰਟੈਲੀਜੈਂਟ ਹੋਏਗਾ ਕਿ ਨਹੀਂ ਹੋਏਗਾ ਇਸ ਚੀਜ਼ ਦਾ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਹਾਂਜੀ ਰਮਨਜੋਤ ਕੌਰ ਥੈਂਕ ਯੂ ਵੈਰੀ ਮੱਚ ਔਰ ਵੈਲਕਮ ਟੂ ਸਾਵਲ ਕਲਾਸਿਸ ਇਹ ਆਪਸ਼ਨ ਇਜ਼ ਰਾਈਟ ਆਨਸਰ ਠੀਕ ਹੈ ਜੀ ਹਾਂਜੀ 16 ਕੁਐਸਚਨ ਨੰਬਰ ਕੁਐਸਚਨ ਮੈਂ ਐਂਡ ਤੇ ਰਿਪੀਟ ਕਰ ਦਿਆਂਗੀ ਗੌਰਵ ਕੁਮਾਰ ਵਿਚ ਥਿਉਰੀ ਇਜ਼ ਆਫ ਇੰਟੈਲੀਜੈਂਸ ਐਮਫਸਾਈਜ਼ ਦਾ ਇੰਪੋਰਟੈਂਸ ਆਫ ਮਲਟੀਪਲ ਇੰਟੈਲੀਜੈਂਸ ਬੁੱਧੀ ਦਾ ਕਿਹੜਾ ਸਿਧਾਂਤ ਮਲਟੀਪਲ ਬੁੱਧੀ ਦੇ ਲਈ ਉੱਪਰ ਜ਼ੋਰ ਦਿੰਦਾ ਹੈ ਸਪੀਅਰਮੈਨ ਟੂ ਫੈਕਟਰ ਥਿਉਰੀ ਥਰਸਟਨ ਪ੍ਰਾਈਮਰੀ ਮੈਂਟਲ ਅਬਿਲਟੀ ਗਾਰਡਨਰ ਮਲਟੀਪਲ ਇੰਟੈਲੀਜੈਂਸ ਥਿਉਰੀ ਕੈਟਲ ਫਲੂਇਡ ਐਂਡ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਥਿਉਰੀ ਹਾਂਜੀ ਤਾਂ ਕੀ ਆਨਸਰ ਆਏਗਾ ਜੀ 25 ਨੰਬਰ ਕੁਐਸਚਨ ਤਾਂ ਗਾਰਡਨਰ ਮਲਟੀਪਲ ਇੰਟੈਲੀਜੈਂਸ ਥਿਉਰੀ ਸੀ ਆਪਸ਼ਨ ਇਜ਼ ਰਾਈਟ ਆਨਸਰ ਵੈਰੀ ਗੁੱਡ ਨੈਕਸਟ ਹੈ ਜੀ 26 ਨੰਬਰ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਨੋਨ ਵਰਬਲ ਇੰਟੈਲੀਜੈਂਸ ਟੈਸਟ ਇੱਥੇ ਲਿਖਿਆ ਵਿੱਚ ਉਹ ਕਿਹੜਾ ਗੈਰ ਮੌਖਿਕ ਖੂਫੀਆ ਟੈਸਟ ਦਾ ਇੱਕ ਉਦਾਹਰਨ ਹੈ ਰੇਵਨ ਪ੍ਰੋਗਰੈਸਿਵ ਮੈਟ੍ਰੀਸਿਸ ਵੈਸਲਰ ਅਡਲਟ ਇੰਟੈਲੀਜੈਂਸ ਸਕੇਲ ਭਾਟਿਆ ਬੈਟਰੀ ਭਾਟਿਆ ਬੈਟਰੀ ਟੈਸਟ ਤਾਂ ਨੋਨ ਵਰਬਲ ਇੰਟੈਲੀਜੈਂਸ ਦੀ ਐਗਜ਼ਾਮਪਲ ਕਿਹੜੀ ਹੈ नॉन वर्बल इंटेलिजेंस टेस्ट की एग्जांपल है जी रेवन प्रोग्रेसिव मैट्रिसेस जो भाटिया बैटरी है एक ही है वर्बल इंटेलिजेंस टेस्ट है ठीक है एक ही है वर्बल इंटेलिजेंस टेस्ट है वर्बल ग्रुप इंटेलिजेंस टेस्ट ठीक है लेकिन वैचलर था वैसे ही इन अंदर कंटिन्यूदा वैचलर ने, ने आपदा अलग तो ही ਦਿੱਤਾ ਸੀਗਾ और रेवन प्रोग्रेसिव जो है नॉन वर्बल इंटेलिजेंस टेस्ट है इंटेलिजेंस वाले जो टेस्ट ने ਉਹਨਾਂ ਨੂੰ ਅੱਛੀ ਤਰ੍ਹਾਂ ਰੀਡ ਕਰੋ ਅੱਜ ਤੁਹਾਡੀਆਂ ਮਿਸਟੇਕਸ ਹੋ ਰਹੀਆਂ ਨੇ ਮੈਂ ਤੁਹਾਨੂੰ ਦੱਸ ਰਹੀਆਂ ਹਾਂ ਇਹ ਕੁਐਸਚਨ ਪੇਪਰ ਵਿੱਚ ਆਇਆ ਹੋਇਆ ਹੈ ਵੈਸਲਰ ਇੰਟੈਲੀਜੈਂਸ ਟੈਸਟ ਵਰ ਡਿਜ਼ਾਈਨ ਟੂ ਟੈਸਟ ਮਤਲਬ ਜੋ ਵੈਸਲਰ ਨੇ ਟੈਸਟ ਦਿੱਤੇ ਸੀਗੇ ਉਹ ਕਿਸ ਚੀਜ਼ ਨੂੰ ਟੈਸਟ ਕਰਨ ਦੇ ਲਈ ਡਿਜ਼ਾਈਨ ਕੀਤੇ ਗਏ ਸੀ ਵਰਬਲ ਇੰਟੈਲੀਜੈਂਸ ਨੋਨ ਵਰਬਲ ਇੰਟੈਲੀਜੈਂਸ ਕ੍ਰਿਸਟਲਾਈਜ਼ਡ ਔਰ ਫਲੂਇਡ ਇੰਟੈਲੀਜੈਂਸ ਵਰਬਲ ਔਰ ਐਂਡ ਨੋਨ ਵਰਬਲ ਬੋਥ ਤਾਂ ਜੋ ਵੈਸਲਰ ਨੇ ਇੰਟੈਲੀਜੈਂਸ ਦੇ ਟੈਸਟ ਦਿੱਤੇ ਹੈ ਉਹ ਵਰਬਲ ਔਰ ਨੋਨ ਵਰਬਲ ਦੋਨਾਂ ਨੂੰ ਹੀ ਟੈਸਟ ਕਰਨ ਦੇ ਲਈ ਮਤਲਬ ਭਾਸ਼ਾ ਮਤਲਬ ਆਪਾਂ ਕਹਿ ਸਕਦੇ ਆ ਮੌਖਿਕ ਔਰ ਗੈਰ ਮੌਖਿਕ ਦੋਨਾਂ ਤਰ੍ਹਾਂ ਦੀ ਬੁੱਧੀ ਨੂੰ ਚੈੱਕ ਕਰਨ ਦੇ ਲਈ ਜੋ ਹੈ ਵੈਸ਼ਲਨਰ ਨੇ ਇੰਟੈਲੀਜੈਂਸ ਦੇ ਵਿੱਚ ਟੈਸਟ ਦਿੱਤੇ ਹੈ ਜਿਹੜੇ ਸਟੂਡੈਂਟਸ ਦਾ ਪੇਡ ਗਰੁੱਪ ਵਾਲੇ ਹੈਗੇ ਹਨਾ ਉਹਨਾਂ ਦਾ ਵੀ ਕੁਐਸਚਨ ਗਲਤ ਹੋਵੇ ਮੈਂ ਨੇਮ ਦੇਖ ਕੇ ਮੈਨੂੰ ਪਤਾ ਚੱਲ ਰਿਹਾ ਵੀ ਪੇਡ ਗਰੁੱਪ ਵਾਲੇ ਕਿਹੜੇ ਸਟੂਡੈਂਟ ਨੇ ਉਹਨਾਂ ਦਾ ਵੀ ਕੁਐਸਚਨ ਗਲਤ ਹੋ ਰਿਹਾ ਨਾ ਬਹੁਤ ਦੁੱਖ ਹੁੰਦਾ ਫਿਰ ਸਾਰਾ ਕੁਝ ਕਰਵਾ ਕੇ ਵੀ ਫਿਰ ਤੁਸੀਂ ਗਲਤ ਅਨਸਰ ਦੇਨੇ ਹੋ ਪੜਦੇ ਨਹੀਂ ਹੈਗੇ ਤਾਂ ਗਲਤ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ ਚਾਹੇ ਉਹ ਪੇਡ ਗਰੁੱਪ ਵਿੱਚ ਹੈ ਗਿਆ ਚਾਹੇ ਓਪਨ ਲੈਕਚਰਸ 'ਚ ਦੂਸਰੇ ਸਟੂਡੈਂਟ ਹੈ ਤਾਂ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਨੀ ਆ ਪਰ ਅਗਰ ਗਲਤ ਹੋ ਗਿਆ ਤਾਂ ਧਿਆਨ ਨਾਲ ਪੜ੍ਹ ਲਓ ਕਿ ਜੋ ਵੈਸਲਰ ਨੇ ਇੰਟੈਲੀਜੈਂਸ ਦੇ ਟੈਸਟ ਦਿੱਤੇ ਹਨ ਡਿਜ਼ਾਈਨ ਕੀਤੇ ਸੀਗੇ ਵਰਬਲ ਔਰ ਨੋਨ ਵਰਬਲ ਦੋਨਾਂ ਦੇ ਲਈ ਸੀਗੇ ਨੈਕਸਟ ਹੈ ਜੀ 28 ਨੰਬਰ ਕੁਐਸਚਨ ਇੰਟੈਲੀਜੈਂਸ ਟੈਸਟ ਆਰ ਮੇਨਲੀ ਯੂਜ਼ਡ ਟੂ ਇੰਟੈਲੀਜੈਂਸ ਟੈਸਟ ਮੁੱਖ ਤੌਰ ਤੇ ਵਰਤੇ ਜਾਂਦੇ ਹਨ place school children in special classes ਸਕੂਲੀ ਬੱਚਿਆਂ ਨੂੰ ਵਿਸ਼ੇਸ਼ ਕਲਾਸਾਂ ਵਿੱਚ ਰੱਖੋ identify culture bias ਸੱਭਿਆਚਾਰਕ ਪੱਖਪਾਤ ਦੀ ਪਛਾਣ ਕਰੋ identify iqe na group ਇੱਕ ਸਮੂਹ ਵਿੱਚ iqe ਦੀ ਪਛਾਣ ਕਰੋ ਜਾਂ ਫਿਰ diagnose problem with cognitive function ਬੋਧਾਤਮਕ ਕਾਰਜ ਨਾਲ ਸੰਬੰਧਿਤ ਸਮੱਸਿਆਵਾਂ ਦਾ ਨਿਦਾਨ ਕਰਨਾ ਤਾਂ ਜੋ ਆਪਣਾ ਇੰਟੈਲੀਜੈਂਸ ਟੈਸਟ ਹੈ ਮੇਨਲੀ ਕਿੰਦੇ ਲਈ ਯੂਜ਼ ਕੀਤਾ ਜਾਂਦਾ ਹੈ ਕਿ ਡਾਇਗਨੋਸ ਆ ਪ੍ਰੋਬਲਮ ਵਿਦ ਕੋਗਨੀਟਿਵ ਫੰਕਸ਼ਨ ਕਿ ਕਿੱਥੇ ਪ੍ਰੋਬਲਮ ਆ ਰਹੀਆਂ ਨੇ ਕੋਗਨੀਟਿਵ ਫੰਕਸ਼ਨ ਬੋਧਾਤਮਕ ਕਾਰਜਾਂ ਨਾਲ ਸੰਬੰਧਿਤ ਸਮੱਸਿਆਵਾਂ ਦੇ ਲਈ ਹਾਂਜੀ ਇਹਨਾਂ ਦੀ ਥਿਊਰੀ ਪੜਨ ਦੇ ਲਈ ਰਾਜੇ ਤੁਸੀਂ ਪੇਡ ਗਰੁੱਪ ਲੈ ਸਕਦੇ ਹੋ ਔਰ ਅਦਰਵਾਈਜ਼ ਤੁਸੀਂ ਆਪਦੀ ਬੀਅਰਡ ਔਰ ਏਟੀਟੀ ਦੀ ਬੁੱਕਸ ਤੋਂ ਪੜ ਸਕਦੇ ਹੋ ਹਾਂ ਨੈਕਸਟ ਟਾਪਿਕ ਮੈਂ ਦੱਸ ਕੇ ਜਾਵਾਂਗੀ ਟੈਨਸ਼ਨ ਨਾ ਲਿਆ ਕਰੋ ਜਾਂਦੇ ਜਾਂਦੇ ਨੈਕਸਟ ਟਾਪਿਕ ਦੱਸ ਕੇ ਜਾਵਾਂਗੀ ਹੂ ਅਮੰਗ ਦਾ ਫਾਲੋਇੰਗ ਹੈਡ ਗਿਵਨ ਦਾ स्ट्रक्चर ऑफ इंटेलेक्ट मॉडल, इंटेलेक्ट मॉडल ऑफ इंटेलिजेंस मतलब एसओ आई मॉडल किसने दिता है हाँ जी एसओ आई मॉडल किसने दिता है एसओ आई मॉडल किसने दिता है जेपी गिलफर्ड ने दिता है जेपी गिलफर्ड ने दिता है एसओ आई मॉडल सी ऑप्शन की हो गया रजनीश राणी थ्रस्टन क्यों आएगा जेपी गिलफर्ड ने दिता है जी एस आई मॉडल ਨੈਕਸਟ ਹੈ ਜੀ ਆਪਣਾ ਲਾਸਟ ਕੁਐਸਚਨ ਐਂਡ ਆਈਕਿਊ ਬਿਟਵੀਨ ਦਾ ਰੇਂਜ ਆਫ 90 ਟੂ 100 ਇਜ਼ 90 ਤੋਂ 100 ਦੀ ਰੇਂਜ ਵਿੱਚ ਜੋ ਆਈਕਿਊ ਹੈ ਤਾਂ ਉਹ ਵਾਲੇ ਬੱਚਿਆਂ ਨੂੰ ਆਪਾਂ ਕਿਹੜੇ ਬੱਚੇ ਕਾਂਗੇ ਐਵਰੇਜ ਵਿੱਚ ਆਉਂਦੇ ਐ ਬਿਲੋ ਐਵਰੇਜ ਬਾਰਡਰ ਲਾਈਨ ਕੇ ਮੈਂਟਲੀ ਰਿਟਾਰਡਡ 90 ਤੋਂ ਲੈ ਕੇ 100 ਦੇ ਵਿੱਚ ਜਿਹੜੇ ਆਣਗੇ ਉਹਨਾਂ ਨੂੰ ਆਪਾਂ ਕੀ ਕਾਂਗੇ ਜੀ ਐਵਰੇਜ ਜਿਨ੍ਹਾਂ ਦਾ ਆਈਕਿਊ ਕੀ ਹੈ ਐਵਰੇਜ ਹੁੰਦਾ ਹੈ 90 ਤੋਂ ਲੈ ਕੇ 100 ਦੇ ਵਿੱਚ ਠੀਕ ਹੈ ਜੀ ਕਲੀਅਰ ਔਰ ਏਸੀ ਰਾਜੀ ਆਪਣੇ ਅੱਜ ਦੇ ਐਮਸੀਕਿਊਜ਼ ਬਹੁਤ ਇੰਪੋਰਟੈਂਟ ਸੀ ਕਿ ਅਗਰ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਆਪਣਾ 18th ਨੂੰ 18th ਦਸੰਬਰ ਨੂੰ ਨਿਊ ਬੈਚ ਸਟਾਰਟ ਹੋ ਰਿਹਾ ਹੈ ਪੇਡ ਗਰੁੱਪ ਜਿਹੜੇ ਸਟੂਡੈਂਟ ਲੈਣਾ ਚਾਹੁੰਦੇ ਆ ਪੇਡ ਗਰੁੱਪ ਉਹ ਤੁਸੀਂ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਔਰ ਬੇਫਿਕਰ ਹੋ ਕੇ ਤੁਸੀਂ ਕੋਰਸ ਜੁਆਇਨ ਕਰ ਸਕਦੇ ਹੋ ਸਾਰਾ ਦਾ ਸਾਰਾ ਕੰਟੈਂਟ ਇੰਨਾ ਅੱਛਾ ਕਰਵਾਇਆ ਜਾਂਦਾ ਹੈ ਕਿ ਐਮਸੀਕਿਊਜ਼ ਸੋਲਵ ਕਰਨ ਲੱਗੇ ਕੋਈ ਵੀ ਦਿੱਕਤ ਨਹੀਂ ਆਉਂਦੀ ਔਰ ਇੱਕ ਗੱਲ ਹੋਰ कल का टॉपिक है जी चाइल्ड सेंटर्ड एंड प्रोग्रेसिव एजुकेशन चाइल्ड सेंटर्ड एंड प्रोग्रेसिव एजुकेशन हाँ जी 16 और नंबर क्वेश्चन दोनों ही मैं बोल दंगी हाँ जी थैंक यू स्टूडेंट्स मोक टेस्ट जो तो लवोंगे उस पहला इनफॉर्म कर दें हां जी 16 ਨੰਬਰ ਕੁਐਸਚਨ ਗੌਰਵ ਕੁਮਾਰ ਪੁੱਛ ਰੇ ਸੀ ਹੁਣ ਪਤਾ ਨਹੀਂ ਚਲੇਗੀ ਕਲਾਸ ਤੋਂ ਸ਼ਾਇਦ ਤਾਂ ਸਪੀਅਰਮੈਨ ਥਿਉਰੀ ਆਫ ਇੰਟੈਲੀਜੈਂਸ ਇਜ਼ ਟੂ ਥੋਰਨਡਾਈਕ ਮਤਲਬ ਉਹ ਕਹਿੰਦੇ ਕਿ ਜੋ ਸਪੀਅਰਮੈਨ ਦੀ ਥਿਉਰੀ ਹੈ ਠੀਕ ਹੈ ਉਹਦਾ ਜੋ ਸਿਧਾਂਤ ਹੈ ਥੋਰਨਡਾਈਕ ਦੀ ਦੇ ਸਮਾਨ ਹੈ ਕਿਹੜੀ ਗੱਲ ਤੋਂ ਸਮਾਨ ਹੈ ਸਪੀਅਰਮੈਨ ਨੇ ਕਿਹਾ ਕਿ ਦੋ ਤਰ੍ਹਾਂ ਦੀ ਐਬਿਲਿਟੀਆਂ ਹੁੰਦੀ ਹੈ ਇਹਦਾ ਮਤਲਬ ਉਹਨਾਂ ਨੇ ਕੁਆਲਿਟੀਆਂ ਦੀ ਗੱਲ ਕੀਤੀ ਨਾ ਕਿ ਜੀ ਫੈਕਟਰ ਹੈ ਔਰ ਐਸ ਫੈਕਟਰ ਹੈ ਲੇਕਿਨ ਥੋਰਨਡਾਈਕ ਨੇ ਜੋ ਹੈ ਉਹ ਆਪਾਂ ਨੂੰ ਕਵਾਲਿਟੇਟਿਵ ਦੀ ਗੱਲ ਕੀਤੀ ਹੈ ਕਿ ਐਬਸਟ੍ਰੈਕਟ ਇੰਟੈਲੀਜੈਂਸ ਹੈ ਹਨਾ ਮੈਂ ਸ਼ਾਇਦ ਇੱਥੇ ਕੱਲ ਇੱਥੇ ਗਾਰਡਨਰ ਲਿਖ ਗਈ ਸੀ ਤਾਂ ਤੁਹਾਨੂੰ ਹੋ ਗਿਆ ਗਲਤੀ ਆਪਾਂ ਇੱਥੇ ਥੌਨਡਾਇਕ ਲਿਖਣਾ ਹੈ ਸਪੀਅਰਮੈਨ ਕਹਿੰਦੇ ਕਿ ਦੋ ਤਰ੍ਹਾਂ ਦੀ ਅਬਿਲਿਟੀਆਂ ਨੇ ਠੀਕ ਹੈ ਇਟ ਮੀਨਸ ਉਹ ਕਿੰਦੀ ਗੱਲ ਕਰ ਰਿਹਾ ਆਪਣੀ ਕੁਆਲਿਟੀਆਂ ਦੀ ਗੱਲ ਕਰ ਰਿਹਾ ਲੇਕਿਨ ਜੋ ਥੌਨਡਾਇਕ ਨੇ ਉਹਨਾਂ ਨੇ ਤਾਂ ਕੁਆਂਟੀਟੀ ਦੀ ਗੱਲ ਕੀਤੀ ਆ ਉਹ ਕਹਿੰਦੇ ਕਿ ਇੱਕ ਫੀਲਡ ਦੇ ਵਿੱਚ ਇੰਟੈਲੀਜੈਂਟ ਆ ਕਿਸੇ ਹੋਰ ਹੋਰ ਕਿਸੇ ਫੀਲਡ ਦੇ ਵਿੱਚ ਹੋਵਾਂਗੇ ਕਿ ਨਹੀਂ ਹੋਵਾਂਗੇ ਪਤਾ ਨਹੀਂ ਫਿਰ ਦੂਸਰੇ ਨੰਬਰ ਤੇ ਥੌਨਡਾਈ ਕਹਿੰਦੇ ਕਿ ਇੱਕ ਪਰਸਨ ਇੱਕ ਤੋਂ ਜ਼ਿਆਦਾ ਫੀਲਡ ਦੇ ਵਿੱਚ ਇੰਟੈਲੀਜੈਂਟ ਹੋ ਸਕਦਾ ਹੈ ਕਿਵੇਂ ਹੋ ਸਕਦਾ ਕਿਉਂ ਦੇ ਵਿੱਚ ਸੋਸ਼ਲ ਇੰਟੈਲੀਜੈਂਟ ਹੈ ਮਕੈਨੀਕਲ ਹੈ ਔਰ ਐਬਸਟ੍ਰੈਕਟ ਹੈ ਠੀਕ ਹੈ ਜੀ ਕਲੀਅਰ ਔਰ ਲਾਸਟ ਕੁਐਸਚਨ ਉਸ ਤੋਂ ਬਾਅਦ ਨੈਕਸਟ ਲੈਕਚਰ ਦਾ ਟਾਈਮ ਹੋ ਗਿਆ ਜੀ ਇਹ ਪਰਸਨ ਕੰਡੀਸ਼ਨ ਰਿਗਾਰਡ ਵਿਦ ਸਾਈਕੋਲੋਜੀਕਲ ਐਂਡ ਇਮੋਸ਼ਨਲ ਵੈਲਬੀਇੰਗ ਹਾਂਜੀ ਤਾਂ ਜਦੋਂ ਸਾਈਕੋਲੋਜੀਕਲ ਔਰ ਇਮੋਸ਼ਨਲ ਦੀ ਗੱਲ ਹੋਏਗੀ ਤਾਂ ਆਪਣੀ ਮੈਂਟਲ ਹੈਲਥ ਦੀ ਗੱਲ ਹੋਏਗੀ ਠੀਕ ਹੈ ਜੀ ਸਾਈਕੋਲੋਜੀਕਲ ਔਰ ਇਮੋਸ਼ਨਲ ਦੀ ਗੱਲ ਹੋਏਗੀ ਤਾਂ ਮੈਂਟਲ ਹੈਲਥ ਦੀ ਗੱਲ ਕਰਾਂਗੇ ਓਕੇ ਜੀ ਥੈਂਕ ਯੂ ਵੈਰੀ ਮੱਚ ਬਾਕੀ ਦੇ ਐਮਸੀਕਿਊਸ ਆਪਾਂ ਕੱਲ ਕਰਾਂਗੇ ਥੈਂਕ ਯੂ ਵੈਰੀ ਮੱਚ